भी दस्या जिन्हू कोई फर्क धड़का 10 लाख रुपए की शर्त आ दूजा हाई हो जी जानि दूजा लो नी है नहीं टर्बो किया हाई गियर च हलां ते भी चलता जी जिवे अपने वीर कहते नहीं साडा हलां ते चल आंदा भज लैंदा रूटावीटर नहीं चलाउंदा ओह थोड़े सामने रूटावीटर चला रूटावीटर चला रहा 10 फुटा रूटावीटर चलाउंदा वैसे भाई ये ट्रैक्टर सच्ची दस्सियो हां जी हैगा केड़ा है ये सोनालिका जी थोड़े सामने चलदा है हुण ये तो कोई फर्क है ही नहीं एक तो जी अपना 120 वाला हो गया जी स्पीड हो गई एक गियर हो गया दूसरा गियर हो गया जो कंपनी ने अपन 35-40 किलोमीटर की स्पीड वाला दिता हो भी अपने को जी उस तो बाद जो मीडियम गियर दें कंपनी 17-18 किलोमीटर का जी वह भी ये हाजिर है जी उदू बाद जो रूटावीटर की गल आ रूटावीटर सुपर सीडर की 1 किलोमीटर तो लैके 10 किलोमीटर का तोरा वह भी ये हाजिर है अपने मैच है रात ਨੂੰ 1 ਵਜੇ ਇੰਜਨ ਬੰਦ ਆ ਕੇ 10 ਵਜੇ ਪਹੁੰਚਿਆ 1 ਵਜੇ ਤੱਕ ਪਿਸਟਨ ਦੁਬਾਰਾ ਪਾਤੇ ਸੀਗੇ ਟਰੈਕਟਰ ਸਟਾਰਟ ਦੂਜੇ ਦਿਨ ਸਟਾਰਟ ਕਰਕੇ ਮਗਰੋਂ ਗੇਅਰ ਵੀ ਚੇਂਜ ਕੀਤੇ ਸੀ ਨਾ ਦੁਬਾਰੇ ਹੋਰ ਅੱਛਾ ਸਮਾਨ ਸਾਰਾ ਓਰੀਜਨਲ ਹੀ ਲੱਗਿਆ ਹੋਊਗਾ ਸਾਰਾ ਕੁਝ ਸੋਨਾਲੀਕਾ ਹੀ ਆ ਮੂਰੋਂ ਤੋਂ ਮਗਰ ਤੱਕ ਹੋਰ ਟਰੈਕਟਰ ਵੀ ਜੇ ਕੋਈ ਤਿਆਰ ਕਰਕੇ ਦਿੰਨੇ ਆ ਜੀ ਉਹ ਓਰੀਜਨਲ ਹੀ ਹੋਊਗਾ ਏਜੰਸੀ ਵਾਲਿਆਂ ਨੇ ਗੇਅਰ ਖੋਲ ਲਿਆ ਜੀ ਅੱਛਾ ਖੋਲ ਕੇ ਇਕੱਠਾ ਵੀ ਕਰਤਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਇਹ ਭੱਜ ਦਾ ਕਿੱਥੋਂ ਕੀਤਾ ਹੋਇਆ ਹਲੇ ਤੱਕ ਏਜੰਸੀ ਨੂੰ ਨਹੀਂ ਪਤਾ 2 ਵਾਰ ਖੁੱਲ ਗਏ ਜੀ ਗੇਅਰ ਦਾ 2 ਵਾਰ ਭਾਜੀ ਉਹਨਾਂ ਨੇ ਗੇਅਰ ਖਲਾ ਲਿਆ ਉੱਥੇ ਏਜੰਸੀ 'ਚੋਂ ਜੀ ਪਰ ਉਹਨਾਂ ਨੂੰ ਹਜੇ ਤੱਕ ਇਹ ਨਹੀਂ ਪਤਾ ਲੱਗਿਆ ਭੱਜ ਦਾ ਹੋਇਆ ਕਿੱਥੋਂ ਹੋਇਆ ਅੱਛਾ ਹੁਣ ਬਿਜਲੀ ਗੱਲ ਇੱਕ ਹੋਰ ਆ ਪਲਟਾਇਆ ਕਿਹੜਾ ਸੀਗਾ ਆਹੀ ਪਲਟਾਇਆ ਸੀ ਹਾਂ ਜੀ ਹਾਂ ਜੀ ਆਹੀ ਰਾਹ ਤੇ ਪਲਟਿਆ ਸੀ ਗਈ ਯਾਰ ਬਾਈ ਦਾ ਪਰਵਾਹ ਹੀ ਨਹੀਂ ਕਰਦੇ ਕਹਿੰਦੇ ਤੁਰੇ ਜਾਂਦੇ ਟਾਇਰ ਪਛਾਣ ਘੁਮਾ ਦਿੰਦੇ ਨੇ ਜੇ ਬਾਈ ਪਰਵਾਹ ਨਹੀਂ ਕਰਦਾ ਤਾਂ ਹੀ ਤਾਂ 2 ਵਾਰ ਆਪਰੇਸ਼ਨ ਕਰਾ ਹਟਿਆ ਤੀਜੀ ਵਾਰ ਉਰੇ ਹੋਣਾ ਹਜੇ ਹਾਂ ਇਹ ਗੱਲ ਤੁਹਾਨੂੰ ਪਹਿਲਾਂ ਕਲੀਅਰ ਕਰ ਦਵਾਂ ਜੇ ਟਰੈਕਟਰ ਵਾਲੇ ਕੰਮ ਹੀ ਚਾਹੂੰਗਾ ਮੈਂ ਤਾਂ ਕੁਝ ਸਿੱਖਣਾ ਲੈਣਾ ਹੈ ਕਦੇ ਵੀ ਨਹੀਂ ਬੋਲ ਚਾਲ ਰਹਿਣੀ ਇਹਦੇ ਨਾਲ ਹਾਂ ਇਹ ਭਰਾਵਾਂ ਬੰਦੀ ਮਿਲਾਂਗੇ ਤਾਂ ਸਾਰੀ ਜ਼ਿੰਦਗੀ ਮਿਲੀ ਜਾਏ ਟਰੈਕਟਰ ਘਰ ਖੜ ਜਾਣੇ ਇਹ ਚੱਲਣੇ ਨਹੀਂ ਸਾਰੀ ਜ਼ਿੰਦਗੀ ਚੱਲਣੇ ਮੈਂ ਪਹਿਲੇ ਦਿਨ ਤੋਂ ਵੀ ਕਹਿੰਦਾ ਇਹ ਸਾਰੀ ਜ਼ਿੰਦਗੀ ਗਾੜਨਾ ਜਿੱਤ ਨਹੀਂ ਹੋਣਾ ਕੱਲ ਨੂੰ ਕਿਸੇ ਨੇ ਢਾ ਲੈਣਾ ਇਹ ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਲੋ ਜੀ ਗੱਲਬਾਤ ਆਏ ਆ ਓਏ ਵਿੱਕੀ ਸਿਆ ਆ ਫਰੇਮ ਚ ਲੈ ਕੇ ਦਿਖਾਈਏ ਉਹ ਚੱਲਦਾ ਬਾਈ ਸੋਨਾਲੀਕਾ ਟਰੈਕਟਰ ਵੈਸੇ ਖੜੇ ਆਪਦੇ ਇਲਾਕੇ ਦਾ ਹਿਸ਼ਿਆਰਪੁਰ ਦੇ ਕੋਲ ਨਸਰਾਲੇ ਚ ਹੈ ਤੇ ਆਪਣੇ ਚੈਨਲ ਦੇ ਉੱਪਰ ਸਭ ਤੋਂ ਵੱਧ ਵੀਡੀਓ ਵੀ ਜਿਹੜੀ ਆ ਮੋਡੀਫਾਈਡ ਟਰੈਕਟਰਾਂ ਦੀ ਗੱਡਖਾਨੇ ਦੀ ਆਉਂਦੀ ਆ ਸਭ ਤੋਂ ਵੱਧ ਕਮੈਂਟ ਵੀ ਤੁਸੀਂ ਉੱਤੇ ਕਰਦੇ ਪਰ ਸਭ ਤੋਂ ਵੱਧ ਦੇਖਦੇ ਬਾਈ ਤੁਸੀਂ ਉਹਨੂੰ ਆ ਹੈ ਪਿਛਲੀ ਵੀਡੀਓ ਇੱਕ ਆਪਾਂ ਪਾਈ ਸੀ ਜਿਹਦੇ ਵਿੱਚ ਦਿਖਾਇਆ ਸੀ ਇੱਕ ਫੋਰਡ ਸੀ 3600 ਤੇ ਬਾਈ ਉਹ ਦੌੜਦਾ ਵੀ ਆ ਖੇਤੀ ਵੀ ਕਰਦਾ ਸੀ ਪਰ ਲੋ ਗੇਅਰਾਂ ਦੇ ਵਿੱਚ ਅੱਜ ਹੈਗਾ ਸੋਨਾਲੀਕਾ ਨਾਲ ਆਪਣੇ ਬਾਈ ਸੁੱਖਾ ਬਾਈ ਅਮਰੀਕਨ ਮਸ਼ੀਨ ਵਾਲੇ ਬਾਈ ਨਸਰਾਲੇ ਵਾਲੇ ਤੇ ਬਾਈ ਚੈਨੀ ਜਿਹਦੇ ਸਿਰ ਤੋਂ ਇਹ ਸਾਰਾ ਕੁਝ ਚੱਲਦਾ ਆ ਹਨਾ ਨਾਲ ਸਾਬਾ ਬਾਈ ਲੱਲੀਆਂ ਤੋਂ ਬਾਈ ਸਾਰੇ ਪਹਿਲਾਂ ਸਤਿ ਸ਼੍ਰੀ ਅਕਾਲ ਬੁਲਾ ਦਿਓ ਕੈਮਰੇ ਨੂੰ ਹੈ ਤੇ ਅੱਜ ਬਾਈ ਫਰੇਮ ਦੇ ਵਿੱਚ ਟਰੈਕਟਰ ਆ ਸੋਨਾਲੀਕਾ ਹੈ ਤੇ ਇਹਦੇ ਵਿੱਚ ਖਾਸ ਕੀ ਹੈ ਜਿਹੜਾ ਆਪਾਂ ਇਹ ਦਿਖਾਉਣਾ ਅੱਜ ਭਾਜੀ ਇਹਦੇ ਵਿੱਚ ਖਾਸ ਇਹ ਆ ਹਾਂ ਇਹ ਟਰੈਕਟਰ ਆਪਾਂ ਹਾਈ ਸਪੀਡ ਕੀਤਾ ਭੱਜਣ ਖਾਤਰ ਆਹਾ ਦੂਜੀ ਗੱਲ ਆ ਇਹ ਖੇਤੀ ਦੇ ਸਾਰੇ ਕੰਮ ਕਰਦਾ ਜੀ ਏ ਟੂ ਜ਼ੈਡ ਨਹੀਂ ਦੌੜਦਾ ਕਿੱਥੇ ਤੱਕ ਪਹਿਲਾਂ ਇਹ ਦੱਸ ਇਹ ਆਪਣਾ 120 ਤੇ ਜਾਂਦਾ ਜੀ 120 ਤੇ ਜਾਂਦਾ ਕਿ 120 ਫਿਰ ਪਿੱਛੇ ਪਲੱਸ ਯਾਰ ਆਪਾਂ ਪਲੱਸ ਨਹੀਂ ਪਾਉਣਾ ਜੀ ਕਿਉਂਕਿ ਅਸੀਂ ਇਹਨੂੰ ਟਰਾਲੀ ਤੇ ਵਰਤਦੇ ਆ ਮੇਲਿਆਂ ਖਾਤਰ ਟਰਾਈ ਮੂਰੇ ਪਾ ਕੇ ਲੈ ਕੇ ਨਾ ਟਰਾਲੀ ਦੇ ਅੱਛਾ ਠੀਕ ਆ ਜੀ ਕਿਉਂਕਿ ਜ਼ਿਆਦਾ ਸਪੀਡ ਫਿਰ ਟਰਾਲੀ ਤੇ ਔਖਾ ਕਰਦੀ ਹੈ ਠੀਕ ਆ ਜੀ ਉਹ ਗੱਲ ਨਹੀਂ ਆਪਾਂ ਕਹਾਂਗੇ ਮੇਰਾ 120 ਪਲੱਸ ਆ 120 ਵਾਲਾ ਖੜਾ 140 ਤੇ ਆ ਜਾਂਦਾ ਆਹ ਜਿਹੜਾ ਖੜਿਆ 140 ਤੇ ਜਾਂਦਾ ਪੱਕਾ ਪੱਕਾ ਜੀ ਉਸ ਤੋਂ ਬਾਅਦ ਦੂਸਰੀ ਗੱਲ ਉਹਦੀ ਇਹ ਹੋਇਆ ਜੀ ਹਾਈ ਗੇਅਰ 'ਚ ਹਲਾਂ 'ਤੇ ਵੀ ਚੱਲਦਾ ਜੀ ਜਿਵੇਂ ਆਪਣੇ ਵੀਰ ਕਹਿੰਦੇ ਨੇ ਜੀ ਸਾਡਾ ਹਲਾਂ 'ਤੇ ਚੱਲ ਆਉਂਦਾ ਭੱਜ ਲੈਂਦਾ ਰੂਟਾਵੀਟਰ ਨਹੀਂ ਚਲਾਉਂਦਾ ਆਹਾਂ ਉਹ ਤੁਹਾਡੇ ਸਾਹਮਣੇ ਰੂਟਾਵੀਟਰ ਚਲਾ ਰੂਟਾਵੀਟਰ ਚਲਾ ਰਿਹਾ 10 ਫੁੱਟਾ ਰੂਟਾਵੀਟਰ ਚਲਾਉਂਦਾ ਵੈਸੇ ਬਾਈ ਇਹ ਟਰੈਕਟਰ ਸੱਚੀ ਦੱਸਿਓ ਹਾਂਜੀ ਹੈਗਾ ਕਿਹੜਾ ਆ ਇਹ ਸੋਨਾਲੀਕਾ ਜੀ ਤੁਹਾਡੇ ਸਾਹਮਣੇ ਚੱਲਦਾ ਹੈ ਹੁਣ ਇਹ ਤਾਂ ਵੀ ਫਰਕ ਹੈ ਹੀ ਨਹੀਂ ਤੁਹਾਡੀਆਂ ਗੱਲਾਂ ਐਡਾ ਬਾਹਰੋਂ ਕੁਝ ਹੋਰ ਹੁੰਦਾ ਫੇ ਪਿਛਲੀ ਵਾਰ ਵੀਡੀਓ ਕੀਤੀ ਆਪਾਂ ਸਵਰਾਤ ਦੀ ਅੰਦਰੋਂ ਕੁਝ ਹੋਰ ਸੀਗਾ ਹੈ ਨਹੀਂ ਇਹ ਸੋਨਾਲੀਕਾ ਹੀ ਆ ਜੀ ਅੱਛਾ ਇਹ ਸੋਨਾਲੀਕਾ ਹੀ ਹਾਂਜੀ ਇਹ ਸੋਨਾਲੀਕਾ ਹੀ ਆ ਜੀ ਅੱਛਾ ਫਿਰ ਬਾਈ ਇਹ ਸਾਰਾ ਕੁਝ ਹੋਇਆ ਕਿਵੇਂ ਆ ਇਹਨੂੰ ਕੀਤਾ ਕੀ ਆ ਇਹਨੂੰ ਭਾਜੀ ਹੁਣ
ਕਿ ਚੈਲੰਜ ਦਾ ਜਮਾਨਾ ਚੱਲਦਾ ਠੀਕ ਆ ਕੋਈ ਨਾ ਕੋਈ ਚੈਲੰਜ ਕਰਦਾ ਰਹਿੰਦਾ ਅਸੀਂ ਐ ਕਰਦਾ ਅਸੀਂ ਐ ਕਰਦਾ ਸਾਡਾ 100 ਤੇ ਜਾਂਦਾ ਅਸੀਂ ਪਹਿਲਾਂ ਟਰੈਕਟਰ ਤਿਆਰ ਕੀਤਾ ਸੀ ਭਾਜੀ 90 ਵਾਲਾ ਜੀ ਸਾਨੂੰ ਮੈਸੇਜ ਆਏ ਨੇ 100 ਵਾਲੇ ਜੀ ਅੱਛਾ ਅਸੀਂ 110 ਤੇ ਕੀਤਾ ਜੀ ਸਾਨੂੰ ਫਿਰ ਅਸੀਂ 120 ਤੇ ਕੀਤਾ ਜੀ 120 ਤੋਂ ਬਾਅਦ ਸਾਨੂੰ 120 ਪਲੱਸ ਦੇ ਮੈਸੇਜ ਆਉਣ ਲੱਗ ਗਏ ਜੀ ਅੱਛਾ ਹੁਣ ਸਾਡਾ ਅਸੀਂ 100-150 ਤੇ ਕਹਿੰਦੇ ਆ ਜੀ ਸਵਰਾਜ ਸਾਡਾ ਜਾਂਦਾ ਉਹ ਵਾਲਾ ਜੀ ਇਹ 140 ਤੇ ਜਾਂਦਾ ਆਹ ਸੋਨਾ ਲਿਖਿਆ ਹਾਂਜੀ ਉਹਨੇ ਭਾਜੀ ਉਹਨਾਂ ਨੇ ਵੀ ਤੁਹਾਨੂੰ ਦੱਸਿਆ ਸੀਗਾ ਭਾਈ ਜਿਹਨੂੰ ਕੋਈ ਫਰਕ ਧੜਕਾ 10 ਲੱਖ ਰੁਪਏ ਦੀ ਸ਼ਰਤ ਆ ਭਜਾ ਸਕਦਾ ਸਾਡੇ ਨਾਲ ਠੀਕ ਆ ਚੈੱਕ ਕਰ ਸਕਦਾ 10 ਲੱਖ ਦੇ ਸਕਦੇ ਆ ਜੀ ਅੱਛਾ ਹਾਂਜੀ ਕਿ ਮਤਲਬ ਇੰਨੇ ਜੋਗੇ ਹੈਗੇ ਆਪਾਂ ਬਾਈ ਠੋਕ ਕੇ ਕਹਿੰਦੇ ਆ ਭਾਜੀ ਬੈਠੇ ਆ ਉਹ ਸਾਡੀਆਂ ਉਹੀ ਬੈਂਕਾਂ ਆ 10 ਲੱਖ ਦੇ ਸਪਾਂਸਰ ਨੇ ਸਾਰੇ ਸਪਾਂਸਰ ਇਹਨਾਂ ਦੀ ਬੈਂਕ ਇਹ ਉਹ ਬੈਂਕਾਂ ਜਿੱਥੇ ਐਤਵਾਰ ਨੂੰ ਵੀ ਛੁੱਟੀ ਨਹੀਂ ਹੁੰਦੀ ਅੱਛਾ ਇੰਨੀ ਮਦਦ ਕਰਦੇ ਸਾਡੀ ਮਤਲਬ ਕਿ ਜਦੋਂ ਮਰਜ਼ੀ ਮੰਗ ਲਓ ਪੈਸੇ ਮਿਲੇ ਹੀ ਜਾਣੇ ਆਹਾ ਹਾਂਜੀ ਇੰਨੀ ਸਪੋਰਟ ਕਰਦੇ ਕਿ ਜਿਵੇਂ ਅੱਜ ਸੁੱਖੇ ਬਾਈ ਹੁਣੀ ਵੀ ਆਏ ਨੇ ਹਨਾ ਅੱਜ ਆਪਣੇ ਉਰੇ ਮੁਕਾਬਲੇ ਨੇ ਹਨਾ ਇਹ ਬਾਈ ਆਪਣੇ ਨਾਲ ਤਾਂ ਖੜੇ ਨੇ ਹਨਾ ਤੇ ਬਾਈ ਦਾ ਟਰੈਕਟਰ ਵੀ ਬਾਈ ਕੋਲੇ ਜਾਂਦਾ ਨਹੀਂ ਇਹ ਬਾਈ ਇਹ ਬਾਈ ਨਾਲ ਆਪਣੀ ਯਾਰੀ ਹੈਗੀ ਯਾਰੀ ਆਪਦੇ ਵਾਲੀ ਟਰੈਕਟਰ ਵਾਲੀ ਇਹਦੇ ਨਾਲ ਕੋਈ ਯਾਰੀ ਹੈ ਨਹੀਂ ਅੱਛਾ ਕਿਉਂਕਿ ਸਾਡੇ ਨਾਲ ਇਹ ਮੁਕਾਬਲੇ 'ਚ ਚੱਲਦਾ ਅੱਛਾ ਇਹ ਗੱਲਬਾਤ ਆ ਉਹ ਭਰਾ ਗਰਾਊਂਡ ਤੋਂ ਬਾਹਰੇ ਭਰਾਵਾ ਚੁੱਕੀ ਪਾ ਕੇ ਮੈਂ ਬੈਰ ਪੂਰਾ ਆ ਤੂੰ ਆਪਣੀ ਭਰਾ ਦੇ ਦੋ ਤੁਹਾਡੇ ਸਾਹਮਣੇ ਇਕੱਠੇ ਖੜੇ ਆ ਜਾਂ ਟਰੈਕ 'ਚ ਉਦੋਂ ਇਹਦੇ ਨਾਲ ਕੋਈ ਯਾਰੀ ਹੈ ਨਹੀਂ ਉੱਦਾਂ ਵੀ ਟਰੈਕਟਰ ਵਾਲੀ ਆਪਣੀ ਹੈ ਨਹੀਂ ਕੋਈ ਵੀ ਭਰਾਵਾ ਤੋਰ ਗਿਆ ਟਰੈਕ ਜਾਂ ਮੇਲੇ ਜਾ ਗਏ ਟਰੈਕਟਰਾਂ ਦੇ ਮੇਲੇ 'ਚ ਇਹਨਾਂ ਦਾ ਵੀ ਟਰੈਕਟਰ ਚੱਲਦਾ ਜੀ ਟਰੈਕਟਰ ਚੱਲਦਾ ਜੀ ਇਹਨਾਂ ਦਾ ਅਮਰੀਕਨ ਮਸ਼ੀਨ ਚੱਲਦਾ ਇਧਰ ਭਾਜੀ ਦਾ ਹਾਲੈਂਡ ਚੱਲਦਾ ਸਾਬਾ ਲੱਲੀ ਹਾਂ ਬਿਲਕੁਲ ਇਹ ਤਿੰਨੇ ਹੀ ਕੰਪੀਟੀਟਰ ਆ ਇੱਕ ਅੱਛਾ ਗਰਾਊਂਡ 'ਚ ਬਾਈ ਤੁਸੀਂ ਕੰਪੀਟੀਟਰ ਹੋ ਹਾਂ ਹਾਂ ਉਹਦਾ ਭਰਾ ਉਹਦਾ ਤੁਸੀਂ ਇੱਥੇ ਭਰਾ ਆਏ ਹੋ ਭਰਾ ਜੀ ਅੱਛਾ ਯਾਰ ਵੀ ਐ ਫੇ ਗੱਲਬਾਤ ਵੀ ਕਰਦੇ ਹੋ ਮੈਂ ਜਦੋਂ ਬਰੋਬਰ ਖੜੇ ਹੁੰਦੇ ਹੋ ਕਈ ਵਾਰੀ ਅੰਦਰਲੀ ਗੱਲ ਕਢਾਉਣ ਨੂੰ ਕਿ ਯਾਰ ਆਹ ਕਿਵੇਂ ਕੀਤਾ ਐ ਤਾਂ ਸਾਰੇ ਬਹੁਤ ਕੁਝ ਕਰਦੇ ਨੇ ਕਹਿਣ ਨੂੰ ਕੋਈ ਕੋਣ ਕੁਝ ਕੈਮਰੇ ਮੂਰੇ ਕੋਈ ਬੋਲੇ ਨਾ ਬੋਲੇ ਕਹਿਣਾ ਅੰਦਰਲੀਆਂ ਗੱਲਾਂ ਦਾ ਸਾਰੇ ਹੀ ਮਾਰਦੇ ਨੇ ਗਾਹ ਵਾਲਾ ਬੋਚ ਜਾਂਦਾ ਕੋਈ ਰੱਖ ਜਾਂਦਾ ਕੋਈ ਛੱਡ ਜਾਂਦਾ ਉਹ ਬਾਦੀਆਂ ਗੱਲਾਂ ਨੇ ਕਹਿਣ ਨੂੰ ਯਾਨੀ ਕਿ ਕੋਈ ਫਰਕ ਧੜਕ ਕੋਈ ਨਹੀਂ ਛੱਡਦਾ ਕਿ ਜਿੰਨਾ ਕਹਿ ਹੁੰਦਾ ਅਗਲਾ ਕਰਦਾ ਇਹ ਤੁਹਾਨੂੰ ਵੀ ਕਿ ਜਦੋਂ ਯਾਰ ਮਿੱਤਰ ਇਕੱਠੇ ਬੈਠੇ ਹੁੰਦੇ ਆ ਕਿ ਪੈਗ ਵੱਟ ਭਰਾ ਵੀ ਹੁੰਦੇ ਨੇ ਹਨਾ ਫਿਰ ਉਦੋਂ ਅੰਦਰਲੀਆਂ ਗੱਲਾਂ ਕੀ ਆਪਾਂ ਕਢਾ ਲੈਂਦੇ ਆ ਪੈਗ ਲਾ ਕੇ ਤਾਂ ਨਿਕਲੇ ਹੁੰਦੀਆਂ ਨੰਬਰਾਂ ਦੀਆਂ ਗੱਲਾਂ ਆਪਾਂ ਉੱਥੋਂ ਤੱਕ ਜਾਈਦਾ ਨਹੀਂ ਭਾਜੀ ਟਰੈਕਟਰ ਵਾਲੀ ਜੇ ਉਸ ਕੰਮ 'ਚ ਜਾਰੀ ਰੱਖੂਗੇ ਨਿਕਣੀ ਨਹੀਂ ਕਦੇ ਵੀ ਹਾਂ ਇਹ ਗੱਲ ਤੁਹਾਨੂੰ ਪਹਿਲਾਂ ਕਲੀਅਰ ਕਰ ਦਵਾਂ ਜੇ ਟਰੈਕਟਰ ਵਾਲੇ ਕੰਮ 'ਚ ਚਾਹੁੰਗਾ ਮੈਂ ਇੱਥੋਂ ਕੁਝ ਸਿੱਖਣਾ ਲੈਣਾ ਆ ਕਦੇ ਵੀ ਨਹੀਂ ਬੋਲ ਚਾਲ ਰਹਿਣੀ ਇਹਦੇ ਨਾਲ ਹਾਂ ਜੇ ਭਰਾਵਾਂ ਬੰਦੀ ਮਿਲਾਂਗੇ ਤਾਂ ਸਾਰੀ ਜ਼ਿੰਦਗੀ ਮਿਲੀ ਹੈ ਟਰੈਕਟਰ ਘਰ ਖੜ ਜਾਣੇ ਇਹ ਚੱਲਣੇ ਨਹੀਂ ਸਾਰੀ ਜ਼ਿੰਦਗੀ ਚੱਲਣੇ ਮੈਂ ਪਹਿਲੇ ਦਿਨ ਤੋਂ ਵੀ ਕਹਿੰਦਾ ਹੈ ਕਿ ਸਾਰੀ ਜ਼ਿੰਦਗੀ ਗਾੜਨਾ ਜਿੱਤ ਨਹੀਂ ਹੋਣਾ ਕੱਲ ਕਿਸੇ ਨਾ ਕਿਸੇ ਨੇ ਢਾ ਲੈਣਾ ਚਲੋ ਗੱਲ ਅੜੀ ਦੀ ਆ ਨਾ ਹਾਂ ਅੜੀ ਅੜੀ ਆ ਉਹ ਤਾਂ ਚਲੋ ਆਪਣੇ ਗਰਾਊਂਡ ਲੈਵਲ ਦੀ ਆ ਜੀ ਹੁਣ ਆਪਾਂ ਭਰਾ ਇੱਕ ਉੱਥੇ ਇਕੱਠੇ ਹੋਏ ਖੜੇ ਆ ਜੀ ਇਹ ਚ ਹੋਰ ਦੂਜੀ ਆਪਣੀ ਕੋਈ ਗੱਲ ਨਹੀਂ ਇਹਦੇ ਕੋਈ ਉਰੇ ਟਰੈਕਟਰ ਵਾਲੀ ਕੋਈ ਗੱਲ ਨਹੀਂ ਹੈਗੀ ਮੈਚ ਵਾਲੀ ਜਦੋਂ ਉੱਥੇ ਆ ਉਦੋਂ ਮੈਚ ਚੱਲਾਂਗੇ ਟਾਹੇ ਪਿੰਡ ਬਾਈ ਦੇ ਉਦੋਂ ਆਪਣੇ ਮੈਚ ਆ ਗਰਾਊਂਡ ਆ ਹਾਂ ਇਹ ਚ ਭਰਾ ਦੇ ਖੜੇ ਆ ਇਹਦਾ ਟਰੈਕਟਰ ਕਰਕੇ ਆ ਜੇ ਇਹ ਟਰੈਕ ਹੁੰਦਾ ਕੋਈ ਹੁੰਦਾ ਆਪਣੀ ਬੋਲ ਚੱਲ ਨਹੀਂ ਸੀ ਅੱਛਾ ਫੇਰ ਬਾਈ ਆਪਾਂ ਫੇਰ ਕੰਪੀਟੀਟਰ ਹਾਂ ਫੇਰ ਕੰਪੀਟੀਟਰ ਹਾਂ ਕਿ ਫੇਰ ਇੱਕ ਦੂਜੇ ਨਾਲ ਅੜੀ ਖੜਕਦੀ ਆ ਟਰੈਕ ਤੋਂ ਬਾਹਰ ਜਾ ਰਹੀ ਆ ਅੰਦਰ ਕਿਸੇ ਨਾ ਕੋਈ ਪਰ ਇਹ ਆ ਜਿਹੜੇ ਇੰਸਟਾਗ੍ਰam ਤੇ ਪੇਜ ਜਿਹੜੇ ਥੋੜੀ ਜਿਹੀ ਉਹ ਲਾਉਂਦੇ ਨੇ ਉਹ ਵਾਲੀ ਨਹੀਂ ਹੈਗੀ ਉਹ ਦੇਖੋ ਜੇ ਕਿਸੇ ਨੇ ਲਾ ਕੇ ਪਾਈ ਆ ਭਰਾਵਾਂ ਤੌਰ ਤੇ ਰੱਖਾਂਗੇ ਤਾਂ ਅਸੀਂ ਮਿਲਾਂਗੇ ਲਾਣ ਵਾਲੇ ਹੁੰਦੇ ਲੁਕਤੀ ਹੁੰਦੀ ਆ ਉਹ ਇਹਨੂੰ ਵੀ ਕਿਸੇ ਨੇ ਕਹਿਣੀ ਸਾਨੂੰ ਵੀ ਕਹਿਣੀ ਸਾਬੇ ਨੂੰ ਵੀ ਕਹਿਣੀ ਕਿ ਐ ਇਕੱਠਿਆਂ ਨੂੰ ਲੋਕ ਘੱਟ ਦੇਖਦੇ ਨੇ ਵੈਸੇ ਤੇ ਗੱਲਬਾਤ ਹੁੰਦੀ ਹੋਊਗੀ ਕੋਈ ਐਦਾਂ ਦਾ ਹੈ ਨਹੀਂ ਤੁਹਾਨੂੰ ਪਾੜ ਦੂ ਹਾਂ ਕਿ ਜਿਵੇਂ ਬਾਈ ਆਪਾਂ ਗੱਲ ਕਰਦੇ ਸੀ ਗੱਲ ਕਲੀਅਰ ਹੋ ਜਾਂਦੀ ਆ ਜੇ ਤੁਸੀਂ ਇੱਕ ਦੂਜੇ ਤੋਂ ਦੂਰ ਹੋ ਜਾਂਦੇ ਆ ਫੇ ਗੱਲ ਕਲੀਅਰ ਨਹੀਂ ਹੁੰਦੀ ਹਾਂ ਗਬਲਾ ਬੰਦਾ ਇਧਰ ਗੱਲ ਕੁਝ ਹੋਰ ਕਹਿਣੀ ਇਹਨਾਂ ਨੂੰ ਕੁਝ ਹੋਰ ਕਹਿਣੀ ਇਹਨਾਂ ਦੂਰ ਕਰੀ ਜਾਣਾ ਫੇ ਜਦੋਂ ਯਾਰ ਮੈਂ ਦੇਖਦਾ ਵਿਚਾਲੇ ਕੋਈ ਨਹੀਂ ਹੁੰਦਾ ਫੇਰ ਤਾਂ ਯਾਰਾ ਦੋਸਤਾਂ ਨਾਲ ਐ ਵਰਤਦੇ ਜਿਵੇਂ ਸਕੂਲੇ ਨਾਲ ਪੜਿਆ ਹੁੰਦੇ ਗੱਲ ਇਹ ਆ ਵੀ ਜੇ ਇਹਦੀ ਗੱਲ ਕੋ ਆਜਵੇ ਫੋਨ ਕਰਕੇ ਸਿੱਧਾ ਗਾਲਾਂ ਕੱਢ ਲਈ ਤੂੰ ਆ ਗਿਆ ਓਏ ਕਿ ਯਾਰੀ ਦੋਸਤੀ ਹੈਗੀ ਹਾਂਜੀ 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 ਉਹ ਜਿਵੇਂ ਯਾਰ ਆਹ ਟਰੈਕਟਰ ਸੀ ਤੁਸੀਂ ਮੈਨੂੰ ਕਹਿੰਦੇ ਬਾਈ ਕੰਮ ਇਹ ਤਾਂ ਜਮਾ ਜੌਂਡੀਅਰ ਨਾਲ ਦਾ ਬਣਾ ਰੱਖਿਆ ਤੁਸੀਂ ਹਾਂਜੀ ਹਾਂਜੀ ਕੀਤਾ ਕੀ ਕੀ ਆ ਫਿਰ ਇਹਨੂੰ ਹੁਣ ਭਾਜੀ ਗੇਅਰ ਚੇਂਜ ਕੀਤਾ ਵਿੱਚੋਂ ਸਪੀਡ ਅੱਛਾ ਆ ਜਾਓ ਫਿਰ ਉਧਰ ਹੀ ਚੱਲਦੇ ਆ ਹਾਂਜੀ ਅੱਛਾ ਗੇਅਰ ਮਤਲਬ ਕਿਵੇਂ ਚੇਂਜ ਕਰਿਆ ਬਾਈ ਇਹਦਾ ਭਾਜੀ ਇਹ ਚ ਜਿਵੇਂ ਕੰਪਨੀ ਆਪਾਂ ਨੂੰ ਹਾਈ ਲੋ ਗੇਅਰ ਦਿੰਦੀ ਆ ਸੋਨਾ ਲਿਖਾ ਦਾ ਠੀਕ ਆ ਜੀ ਇਹ ਆਪਣਾ ਹਾਈ ਲੋ ਮੀਡੀਅਮ ਹੋ ਗਿਆ ਜੀ ਏ ਬੀ ਸੀ ਡੀ ਆਉਂਦਾ ਜੀ ਜੌਨ ਡੀਅਰ ਉਦਾਂ ਜੀ ਇਹਦੀਆਂ ਚਾਰ ਸਪੀਡਾਂ ਕੀਤੀਆਂ ਹੋਈਆਂ ਨੇ ਜੀ ਆਪਾਂ ਅੱਛਾ ਸੜਕ ਤੇ ਵੀ ਭੱਜਣਾ ਡਿਫਾਈਨ ਕਰਦੇ ਆ ਪਹਿਲਾਂ ਕਰਤੀਆਂ ਇੱਕ ਤਾਂ ਜੀ ਆਪਣਾ 120 ਵਾਲਾ ਹੋ ਗਿਆ ਜੀ ਸਪੀਡ ਹੋ ਗਈ ਇੱਕ ਗੇਅਰ ਹੋ ਗਿਆ ਦੂਸਰਾ ਗੇਅਰ ਹੋ ਗਿਆ ਜਿਹੜਾ ਕੰਪਨੀ ਨੇ ਆਪਾਂ ਨੂੰ 35-40 ਕਿਲੋਮੀਟਰ ਦੀ ਸਪੀਡ ਵਾਲਾ ਦਿੱਤਾ ਹੋਇਆ ਉਹ ਵੀ ਆਪਣੇ ਕੋਲ ਹੈਗਾ ਜੀ ਉਸ ਤੋਂ ਬਾਅਦ ਜਿਹੜਾ ਮੀਡੀਅਮ ਗੇਅਰ ਦਿੰਦੀ ਆ ਕੰਪਨੀ 17-18 ਕਿਲੋਮੀਟਰ ਦਾ ਜੀ ਉਹ ਵੀ ਇਹਦੇ ਵਿੱਚ ਹਾਜ਼ਰ ਹੈਗਾ ਜੀ ਉਹ ਵੀ ਹੈਗਾ ਹਾਂਜੀ ਉਸ ਤੋਂ ਬਾਅਦ ਜਦੋਂ ਰੂਟਾਵੀਟਰ ਦੀ ਗੱਲ ਆਉਂਦੀ ਆ ਰੂਟਾਵੀਟਰ ਸੁਪਰ ਸੀਡਰ ਦੀ 1 ਕਿਲੋਮੀਟਰ ਤੋਂ ਲੈ ਕੇ 10 ਕਿਲੋਮੀਟਰ ਦਾ ਤੋਰਾ ਉਹ ਵੀ ਇਹਦੇ ਵਿੱਚ ਹਾਜ਼ਰ ਹੈਗਾ ਉਹ ਵੀ ਇਹ 'ਚ ਹੈਗਾ ਕੋਈ ਕਿਸੇ ਨੂੰ ਮੰਚ ਵੀਡੀਓ ਦੇਖ ਕੇ ਧੜਕਾ
ਅੱਧੀ ਰਾਤ ਨੂੰ ਚਾਹੇ ਦਵੇ ਸਵੇਰੇ ਸ਼ਾਮ ਆ ਕੇ ਟਰੈਕਟਰ ਚਲਾ ਕੇ ਦੇਖ ਸਕਦਾ ਇਹ 12 ਮਹੀਨੇ 30 ਦਿਨ ਸਾਡਾ ਇਹੀ ਕੰਮ ਖਾਤਰ ਆ ਇਹ ਭਾਈ ਇਹ ਤੋਂ ਕੰਮ ਪੂਰਾ ਲੈ ਸਾਰਾ ਸਾਰਾ ਪਹਿਰਾਵਾ ਸਾਰਾ ਸਾਰਾ ਇਹ ਤੇ 25-30 ਕਿੱਲਿਆਂ ਦੀ ਇਹਦੇ ਨਾਲ ਖੇਤੀ ਵੀ ਕਰਦੇ ਹੋ ਹੈ ਠੀਕ ਆ ਰੋਟਾਵੀਟਰ ਤੇ ਵੀ ਚਲਾਉਂਦੇ ਆ ਇਹਨੂੰ ਹਾਂ ਟਰਾਲੀ ਦੇ ਮੂਰੇ ਵੀ ਪਾ ਕੇ ਲੈ ਕੇ ਆਉਂਦੇ ਆ ਆਹਾ ਸਾਰਾ ਕੁਝ ਰੋਟਾਵੀਟਰ ਦਾ ਤੁਹਾਡੇ ਮੂਰੇ ਹੁਣ ਚਲਾ ਕੇ ਵੀ ਦਿਖਾਤਾ ਜ਼ਿਆਦਾਤਰ ਲੋਕਾਂ ਨੇ ਸਿਰਫ ਇਹੀ ਕਹਿਣਾ ਇਹ ਚੱਲਦਾ ਨਹੀਂਗਾ ਜਿਹੜਾ ਹਾਈ ਸਪੀਡ ਆ ਉਹ ਲੋ ਸਪੀਡ ਵਾਲੇ ਕੰਮ ਨਹੀਂ ਕਰਦਾ ਤੂੜੀ ਵਾਲੇ ਰੀਪਰ ਤੇ ਨਹੀਂ ਚੱਲ ਸਕਦਾ ਇਹ ਸਾਰੇ ਪਰ ਸਾਡੇ ਸਾਰੇ ਚੱਲਣਗੇ ਸਾਡਾ ਇਹ ਕੀਤਾ ਹੋਇਆ ਇਹ ਵੀ ਚੱਲਦਾ ਰੋਟਾਵੀਟਰ ਤੇ ਸਾਡਾ ਫਾਰਮ ਟਰੈਕ ਵੀ ਕੀਤਾ ਹੋਇਆ ਉਹ ਵੀ ਰੋਟਾਵੀਟਰ ਤੇ ਵੀ ਚੱਲੂਗਾ 100 ਤੇ ਵੀ ਜਾਊਗਾ ਜਿਵੇਂ ਆ ਦਲਵੀਰ ਬਾਈ ਹੁਣ ਮੈਨੂੰ ਫੋਨ ਕਰਕੇ ਕਹਿੰਦੇ ਯਾਰ ਸਾਨੂੰ ਪਤਾ ਹੀ ਕੁਝ ਨਹੀਂ ਕਿ ਬਾਈ ਕਰ ਕੀ ਦਿੰਦਾ ਆ ਹੈ ਯਾਰ ਸਾਨੂੰ ਤਾਂ ਚਲਾ ਕੇ ਪਤਾ ਲੱਗਦਾ ਕਿ ਆ ਹੋ ਗਿਆ ਅੰਦਰ ਕੀ ਕੀਤਾ ਕਹਿੰਦੇ ਸਾਨੂੰ ਨਹੀਂ ਪਤਾ ਇਹ ਯਾਰ ਭਰਾ ਨੇ ਮੇਰੇ ਜੀ ਹਾਂ ਠੀਕ ਹੈ ਜੀ ਇਹਨਾਂ ਨੇ ਅੱਜ ਤੱਕ ਮੇਰੇ ਤੋਂ ਪੁੱਛਿਆ ਨਹੀਂ ਇਹਨਾਂ ਦੀ ਆਪਸ਼ਨ ਹੁੰਦੀ ਆ ਆਪਾਂ ਇਹ ਕਰਨਾ ਜੀ ਇਹਨਾਂ ਨੂੰ ਇਹ ਚੀਜ਼ ਹਾਜ਼ਰ ਹੋਈ ਮਿਲਦੀ ਆ ਹਾਂ ਠੀਕ ਹੈ ਜੀ ਇਹਨਾਂ ਨੂੰ ਰੋਟੀਆਂ ਪੱਕੀਆਂ ਪਕਾਈਆਂ ਮਿਲਦੀਆਂ ਨੇ ਜੀ ਇਹਨਾਂ ਨੂੰ ਸੇਕਣ ਦੀ ਲੋੜ ਨਹੀਂ ਹੈਗੀ ਆਹਾ ਪੁੱਛੋ ਜੀ ਇਹ ਕਹਿ ਦੇਣ ਇਹਨਾਂ ਨੂੰ ਜੋ ਚੀਜ਼ ਇਹਨਾਂ ਨੇ ਮੰਗੀ ਇਹਨਾਂ ਨੂੰ ਹਾਜ਼ਰ ਕੀਤੀ ਕਹਿੰਦੇ ਬਾਈ ਪਟਿਆਲੇ ਆਪੇ ਚਲ ਜਾਂਦੇ ਨੇ ਇਹ ਕਹਿਣ ਦੀ ਲੋੜ ਨਹੀਂ ਪੈਂਦੀ ਬਾਜੀ ਹੁਣ ਜਦੋਂ ਭਰਾਵਾਂ ਭਰਾ ਨੇ ਕੋਈ ਗਾਹਕ ਨਹੀਂ ਹੈਗੇ ਜੀ ਕਿਸੇ ਗਾਹਕ ਦਾ ਕੰਮ ਕੀਤਾ ਨੀਗਾ ਸਿਰਫ ਭਰਾਵਾਂ ਦਾ ਕੰਮ ਕੀਤਾ ਜਿੰਨੇ ਜਿਹਨ ਮੈਂ ਭਰਾ ਦੇ ਖਾਤਰ ਕਹਾਂ ਯਾਰ ਪਰ ਉਹ ਆਊਗਾ ਆਪਦਾ ਸਮਾਨ ਲੈ ਕੇ ਆਊਗਾ ਫਿਰ ਮੈਂ ਕੰਮ ਕਰੂੰਗਾ ਉਹ ਤਾਂ ਫਿਰ ਮੇਰੇ ਯਾਰ ਇਹਦਾ ਲੋਕ ਪੁੱਛਦੇ ਨੇ ਬਾਹਰੋਂ ਆ ਗਏ ਭਰਾ ਬਣਨ ਦੇ ਲਈ ਕਿ ਯਾਰ ਇਹ ਚ ਪਾਇਆ ਕੀ ਆ ਭਾਜੀ ਆਉਂਦੇ ਤਾਂ ਬਹੁਤ ਨੇ ਫੋਨ ਬਹੁਤ ਆਉਂਦੇ ਨੇ ਪਰ ਹੁਣ ਆਪਾਂ ਕਰੀਏ ਕਿ ਜਿਹਦੇ ਨਾਲ ਜਾਰੀ ਇੱਕ ਨਾਲ ਹੀ ਲੱਗਦੀ ਆ ਫਿਰ ਇਹੋ ਜਿਹੇ ਕੰਮਾਂ ਲਈ ਜੇ ਹੁਣ ਹੋਰ ਦਾ ਕਿਸੇ ਦਾ ਕਰਾਂਗੇ ਕੱਲ ਨੂੰ ਸਾਡੇ ਦੀ ਥਾਪੀਆਂ ਮਾਰੇ ਜੇ ਬਾਈ ਨੂੰ ਆ ਕੇ ਥਾਪੀ ਮਾਰੂਗਾ ਇਹੋ ਜਿਹਾ ਕੁਝ ਕਰਕੇ ਫਿਰ ਬਾਈ ਮੈਨੂੰ ਕੀ ਕਹੂਗਾ ਐ ਦੱਸੋ ਜੀ ਹਾਂ ਕਿ ਫਿਰ ਉਹ ਭਰਾਵਾਂ ਵਾਲੀ ਗੱਲ ਨਹੀਂ ਫਿਰ ਭਰਾਵਾਂ ਵਾਲੀ ਗੱਲ ਨਹੀਂ ਹੁਣ ਆਪ ਭਾਜੀ ਹੁਣੀ ਮੂੰਹ ਤੇ ਬੈਠ ਖੜੇ ਨੇ ਜੀ ਆਪਣਾ 6 ਸਾਲ ਹੋ ਗਏ ਨਾ ਭਾਜੀ ਆਪਣਾ 6 ਸਾਲ ਹੋ ਗਏ ਬਾਈ ਉਹਨਾਂ ਦਾ ਟਰੈਕਟਰ ਤਿਆਰ ਹੋਣ ਨੂੰ ਬਾਈ ਹੁਣੀ ਕਹਿ ਦੇਣ ਅੱਜ ਤੱਕ ਬਹੁਤ ਦੇ ਫੋਨ ਆਉਂਦੇ ਨੇ ਯਾਰ ਭਜਾਉਣਾ ਬਾਈ ਕਰ ਦੋ ਤਿਆਰ ਕਰ ਦੋ ਤਿਆਰ ਯਾਰ ਬਾਈ ਬਸ ਹੋਣਾ ਨਹੀਂ ਬਸ ਜਿੰਨਾ ਬਾਈਆਂ ਦਾ ਹੋਇਆ ਹੋਇਆ ਤਾਂ ਹੋਇਆ ਹੋਇਆ ਲੋ ਤਾਂ ਦੋਰੇ ਤੇ ਥੱਲੇ ਹੀ ਰਹੂਗਾ ਜਿਹੜਾ ਵੀ ਆਊਗਾ ਯਾਨੀ ਕਿ ਜੇ ਬਾਈ ਦਾ 140 ਤੇ ਜਾਂਦਾ ਜੀ ਯਾਨੀ ਕਿ ਆਪਾਂ ਜਿਹੜੇ ਮੇਰੇ ਤੋਂ ਕੋਈ ਕਰਵਾਊਗਾ ਅਗਲਾ ਜੇ ਮੈਨੂੰ ਆ ਕੇ ਕਹੂਗਾ ਯਾਰ ਮੇਰਾ ਭੱਜਦਾ ਕਰਦੇ ਉਹ ਭੱਜਦਾ ਹੋ ਸਕਦਾ ਜੇ ਕਹੂਗਾ ਇਹਨੇ ਇਹਨਾਂ ਦਾ ਟਰੈਕਟਰ ਕੱਟਣਾ ਉਹ ਨਹੀਂ ਹੋ ਸਕਦਾ ਅੱਛਾ ਬਰੋਬਰ ਨਹੀਂ ਨਾ ਕੱਟਣ ਵਾਲਾ ਨਹੀਂ ਹੋ ਸਕਦਾ ਕੱਟਣ ਵਾਲਾ ਕੰਮ ਹੋ ਹੀ ਨਹੀਂ ਹੋਣਾ ਹੀ ਨਹੀਂ ਬਾਈ ਉਹ ਆਪਣੇ ਜੇ ਅਗਲਾ ਉਹ ਭੱਜਦਾ ਕਰ ਦੋ ਜੀ ਮੇਰਾ ਖੇਤੀ ਵੀ ਕਰੇ ਭੱਜਦਾ ਵੀ ਕਰੇ ਉਹ ਆਪਾਂ ਕੰਮ ਕਰ ਸਕਦੇ ਆ ਪਰ ਕੱਟਣ ਵਾਲਾ ਕੰਮ ਨਹੀਂ ਅੱਛਾ ਕਿ ਮਤਲਬ ਬਾਈ ਇਹ ਸਾਰਿਆਂ ਤੋਂ ਉੱਤੇ ਰਹਿਣਗੇ ਹਨਾ ਕਿਉਂਕਿ ਯਾਰ ਪਹਿਲਾਂ ਤੋਂ ਇਹ ਜੁੜੇ ਹੋਏ ਨੇ ਬਸ ਇਹਨਾਂ ਦੇ ਕਰਕੇ ਇਹ ਵਾਲਾ ਕੰਮ ਕਦੋਂ ਕਰਦੇ ਆ ਜਦੋਂ ਅੱਧੀ ਰਾਤ ਨੂੰ ਬਾਈ ਫੋਨ ਕਰਦੇ ਯਾਰ ਆਹ ਪੰਗਾ ਪੈ ਗਿਆ ਹੁਣ ਆਹ ਆੜੀ ਭੰਨਣੀ ਆ ਇਦਾਂ ਹੁੰਦਾ ਕਦੀ ਇਹਨਾਂ ਅਸੀਂ ਫੁੱਲਾਂ ਮਹੱਲੇ ਨੇ ਜਾਣਾ ਸੀ ਹਾਂ 2 ਸਾਲ 3 ਸਾਲ ਪਹਿਲਾਂ ਇੰਜਨ ਟਰੈਕਟਰ ਦਾ ਸੀਜ਼ ਕਰਤਾ ਇੱਥੇ ਪਿੰਡੇਲਤਾ ਕਰਦੇ ਨੇ ਅੱਛਾ ਰਾਤ ਨੂੰ 1 ਵਜੇ ਇੰਜਨ ਬੰਦਤਾ ਆ ਕੇ 10 ਵਜੇ ਪਹੁੰਚਾ 1 ਵਜੇ ਤੱਕ ਪਿਸਟਨ ਦੁਬਾਰਾ ਪਾਤੇ ਸੀਗੇ ਟਰੈਕਟਰ ਸਟਾਰਟ ਦੂਜੇ ਨੇ ਸਟਾਰਟ ਕਰਕੇ ਮਗਰੋਂ ਗੇਅਰ ਵੀ ਚੇਂਜ ਕੀਤੇ ਸੀ ਨਾ ਦੁਬਾਰੇ ਹੋਰ ਕਹਿੰਦੇ ਸਪੀਡ ਹੋਰ ਚਾਹੀਦੀ ਆ ਸਾਰਾ ਚੇਂਜ ਪੂਰੇ ਬਾਈਆਂ ਦੇ ਘਰੇ ਚੇਂਜ ਕਰਕੇ ਸਾਰਾ ਕੁਝ ਦੁਬਾਰੇ ਦੂਜੇ ਦਿਨ ਗੇੜੇ ਦਿੱਤੇ ਨੇ ਅਸੀਂ ਆਹਾਂ ਹਾਂਜੀ ਕਿ ਜਿਵੇਂ ਹੁਣ ਆਪਣੀ ਵੀਡੀਓ ਦੇਖਣਗੇ ਨਾ ਨੰਬਰ ਮੈਂ ਬਾਈ ਜਾਣ ਬੁੱਝ ਕੇ ਸਕਰੀਨ ਤੇ ਹੁਣ ਦੇਣਾ ਤੁਹਾਡਾ ਕੋਈ ਗੱਲ ਨਹੀਂ ਜੀ ਕਿ ਕਈਆਂ ਨੇ ਫੋਨ ਕਰਕੇ ਜਾਨ ਖਾਣੀ ਆ ਬਾਈ ਸਾਡੇ ਟਰੈਕਟਰ ਨੂੰ ਕਰਕੇ ਦਿਓ ਮੈਂ ਤਾਂ ਵੀਰੇ ਮੈਂ ਪਰ ਉਹ ਨਹੀਂ ਹੋਣਾ ਹਨਾ ਇੱਕ ਗੱਲ ਹੋਰ ਆ ਵੀਡੀਓ ਤੇ ਕਹਿੰਦੇ ਆ ਵੀਰ ਬਣ ਕੇ ਫੋਨ ਉਹੀ ਲਾਉਣ ਜਿਹਨੇ ਕੁਝ ਕਰਾਉਣਾ ਹੈ ਠੀਕ ਆ ਉਹੀ ਖਾਵਾਂ ਕਾਈ ਫੋਨ ਲਾ ਕੇ ਯਾਰ ਕਿੰਨੇ ਦਾ ਹੋ ਜੂ ਕਿਵੇਂ ਹੋ ਜੂ ਕੀ ਹੋ ਜੂ ਲੋੜ ਆ ਐਡਰੈਸ ਲਿਖ ਲਿਓ ਠੀਕ ਆ ਜੀ ਆਦਾ ਚਲਾ ਕੇ ਦੇਖ ਲੈਣ ਮਨ ਮੰਨੂ ਗਾਹਾਂ ਵਾਲੀ ਗੱਲ ਕਰ ਲਿਓ ਨਹੀਂ ਉਦੋਂ ਬਾਅਦ ਯਾਰ ਕਿ ਜਿਹੜਾ ਟਰੈਕਟਰ ਆਹ ਵਾਲੇ ਕੰਮ ਨਹੀਂ ਕਰਦਾ ਉਹ ਅਸੀਂ ਕਰਾ ਕੇ ਦੇ ਸਕਦੇ ਹਾਂ ਜੀ ਹਾਂ ਕਿਸੇ ਵੀ ਕੰਪਨੀ ਦਾ ਜ਼ਰੂਰੀ ਨਹੀਂ ਸੋਨਾਲੀਕਾ ਜੀ ਹਾਂ ਮਹਿੰਦਰਾ ਅਰਜਨ ਫਾਰਮ ਟਰੈਕ ਹੋ ਗਿਆ ਜੀ ਕੋਈ ਜੌਨ ਡੀਅਰ ਹੋ ਗਿਆ ਕੋਈ ਨਿਊ ਹਾਲੈਂਡ ਹੋ ਗਿਆ ਸਵਰਾਜ ਹੋ ਗਿਆ ਕੋਈ ਕੰਪਨੀ ਦਾ ਖੇਤੀ ਵੀ ਕਰੂਗਾ ਜੀ ਹਾਂ ਭੱਜੂਗਾ ਵੀ ਰੋਟਾਵੀਟਰ ਵੀ ਚਲਾਊਗਾ ਸਭ ਕੁਝ ਕਰੂਗਾ ਸਾਰਾ ਕੁਝ ਕਰੂਗਾ ਸੁਪਰ ਸੀਟਰ ਵੀ ਚਲਾਊਗਾ ਸਾਰਾ ਕੁਝ ਚੱਲੂ ਜੀ ਤੇ ਜਿਹੜਾ ਇਹ ਟਰੈਕਟਰ ਹੁਣੇ ਆਲੇ ਨੇ ਬੰਨ ਹੋ ਗਿਆ ਜੀ ਹਨਾ ਇਹ ਤੋਂ ਸਾਰਾ ਕੁਝ ਕਰਾ ਸਕਦੇ ਆ ਇਹ ਹਾਂ ਇਹ ਸਾਡਾ 116 ਗੱਲਾਂ ਕਹਿੰਦੇ ਸਪੂਰ ਟਰੈਕਟਰ ਆ ਜੀ 100% ਓਕੇ ਆ ਜੀ ਕੋਈ ਘਾਟ ਨਹੀਂ ਜਿੱਦਨੇ ਸਾਨੂੰ ਲੋਡ ਪਈ ਸਪੀਡ ਚੱਕਾਂ ਦੀ ਉਹ ਅਸੀਂ ਇਹਦੀ ਵਧਾ ਸਕਦੇ ਆ ਇਹਦੇ ਨਾਲ ਹੋਰ ਕੁਝ ਵੀ ਕਰ ਸਕਦੇ ਆ ਆਪਾਂ ਹਾਂ ਕਰ ਸਕਦੇ ਆ ਕਿ ਐ ਦੇਖ ਕੇ ਨਹੀਂ ਕੋਈ ਕਿ ਬਾਹਰੋਂ ਕਹਿ ਸਕਦਾ ਯਾਰ ਇਹਨੂੰ ਇੰਨਾ ਕੁਝ ਕਰਿਆ ਹੋਇਆ ਹਾਂ ਹਾਂਜੀ ਕੋਈ ਆਪਾਂ ਐ ਨਹੀਂ ਕੋਈ ਵੱਢ ਟੁੱਕ ਨਹੀਂ ਕੀਤੀ ਹੋਈ ਜੀ ਦੇਖਣ ਨੂੰ ਕੋਈ ਅਗਲ ਕਈ ਫੋਨ ਦੇਖੂਗਾ ਨਾ ਲੋਕ ਯਾਰ ਸਾਲਾ ਕੋਈ ਵੱਟਤਾ ਜੀ ਕਿਤੇ ਗੈਪ ਕਰਤਾ ਜਾਂ ਕੁਝ ਹਾਂ ਜਾਂ ਕੋਈ ਜੋੜ ਪਾਤਾ ਵਿੱਚੋਂ ਕੁਝ ਮੂਹਰੋਂ ਕੁਝ ਹੋਰ ਜੋੜਤਾ ਮਗਰ ਕੋਈ ਹੋਰ ਕਰ ਲਿਆ ਇਦਾਂ ਦੀ ਕੋਈ ਗੱਲ ਨਹੀਂ ਜੋ ਹੈਗਾ ਸਾਰਾ ਓਰੀਜਨਲ ਆ ਸੋਨਾਲੀਕਾ ਜੀ ਅੱਛਾ ਸਮਾਨ ਸਾਰਾ ਓਰੀਜਨਲ ਹੀ ਲੱਗਿਆ ਹੋਊਗਾ ਸਾਰਾ ਕੁਝ ਸੋਨਾਲੀਕਾ ਹੀ ਆ ਮੂਹਰੋਂ ਤੋਂ ਮਗਰ ਤੱਕ ਹੋਰ ਟਰੈਕਟਰ ਵੀ ਜੇ ਕੋਈ ਤਿਆਰ ਕਰਕੇ ਦਿੰਨੇ ਆ ਜੀ ਉਹ ਓਰੀਜਨਲ ਹੀ ਹੋਊਗਾ ਉਹ ਚ ਕੋਈ ਇਹ ਜੀ ਕੱਟ ਵੱਢ ਨਹੀਂ ਹੋਊਗੀ ਕੋਈ ਆਪਾਂ ਕਹਿ ਦਈਏ ਕੋਈ ਗੇਅਰ ਹੋਰ ਫਿੱਟ ਕਰ ਲਿਆ ਜੀ ਜਿਵੇਂ ਆਪਾਂ ਕਹਿ ਦਈਏ ਜੀ ਆਪਾਂ ਉਹ ਚੱਗਾ ਹੋਰ ਤੇ ਸਲਵਾਰ ਹੋਊਗਾ ਹਾਂ ਉਹ ਨਹੀਂ ਹੈਗੀ ਜੋ ਹੈਗਾ ਜੇ ਕੰਮ ਨਹੀਂ
ਤੁਹਾਨੂੰ ਦਿਖਾਤਾ ਰੋਟਾਵੀਟਰ ਤੇ ਚੱਲਦਾ, ਸੜਕ ਤੇ ਚਲਾ ਕੇ ਦਿਖਾਤਾ, ਠੀਕ ਹੈ ਜੀ। ਤੁਹਾਨੂੰ ਦੱਸੋ ਅੱਖਾਂ ਨੂੰ ਦੇਖਣ ਨੂੰ ਲੱਗਦਾ ਇਹਨੂੰ ਕੁਝ ਹੋਇਆ? ਤੁਹਾਨੂੰ ਐਂ ਲੱਗੂਗਾ ਨਹੀਂ ਟਰੈਕਟਰ ਨੂੰ ਕਿ ਯਾਰ ਬਾਹਰੋਂ ਹੱਥ ਉੱਥੇ ਲੱਗੇ ਨੇ, ਹਾਂ ਲੱਗੇ ਹੋਏ, ਐਂ ਤਾਂ ਨਹੀਂ ਲੱਗਦਾ। ਹੁਣ ਜਿਵੇਂ ਬਾਈ ਤੁਹਾਡਾ ਟਰੈਕਟਰ ਐਂ ਖੜਿਆ ਹੈ ਨਾ, ਇਹ ਤਾਂ ਆਪਣੇ ਭਰਾ ਖੜੇ ਨੇ ਸਾਰੇ, ਜਦੋਂ ਕੋਈ ਬਗਾਨਾ ਬੰਦਾ ਖੜਾ ਹੁੰਦਾ ਆਪਣੇ ਨਾਲ ਦਾ ਕੋਈ ਖੜਾ ਨਹੀਂ, ਲੋਕ ਇਦਾਂ ਮਾੜਾ ਜਿਹਾ ਵਿਚਲੀ ਗੱਲ ਪੁੱਛਦੇ ਨੇ ਯਾਰ ਵੀਰੇ ਕਿਰਾਇਆ ਕਿਆ ਹੋਇਆ ਟਰੈਕਟਰ ਨੂੰ? ਅਸੀਂ ਇਹ ਕਹੀਦਾ ਜੀ ਚੈਨੀ ਨੂੰ ਪੁੱਛ ਲਓ ਕੀ ਕੀਤਾ। ਚੈਨੀ ਬਾਈ ਦੱਸਦਾ ਨਹੀਂ, ਸਾਨੂੰ ਪਤਾ ਵੀ ਹੈ ਨਹੀਂ ਬਾਈ ਜੀ ਕੀ ਕਰਦਾ ਕੀ ਨਹੀਂ ਕਰਦਾ, ਅਸੀਂ ਤਾਂ ਸਿਰਫ ਇਹਨੂੰ ਭਰਾਵਾਂ ਤੌਰ ਤੇ ਹੁਕਮ ਕਰੀਦਾ ਵੀ ਆਹ ਸਾਨੂੰ ਚਾਹੀਦਾ। ਚਲੋ ਬਾਲੀ ਗੱਲ ਨਹੀਂ, ਇੱਕ ਨੇ ਬੈਰਿੰਗ ਟੁੱਟਿਆ ਸੀ ਨਾ, ਕੋਈ ਫੋਰਕ ਟੁੱਟਿਆ ਸੀ ਲੀਵਰ ਦਾ, ਆਪਣਾ ਫੋਰਕ ਟੁੱਟ ਗਿਆ ਸੀਗਾ, ਭਾਜੀ ਹੁਣੀ ਕਹਿੰਦੇ ਪਾਉਣਾ, ਮੈਂ ਚੱਲ ਯਾਰ ਤੁਸੀਂ ਇੱਥੇ ਖਲਵਾ ਲਓ ਕੋਈ ਚੱਕਰ ਨਹੀਂ, ਭਾਜੀ ਹੁਣੀ ਕਹਿੰਦੇ ਨਹੀਂ ਆਪਾਂ ਕਿਸੇ ਤੋਂ ਖਲਵਾਉਣਾ ਨਹੀਂ, ਮੈਂ ਚਲੋ ਤੁਸੀਂ ਐਂ ਕਰੋ ਏਜੰਸੀ ਜਾਓ ਖਲਾ ਲਓ, ਏਜੰਸੀ ਵਾਲਿਆਂ ਨੇ ਗੇਅਰ ਖੋਲ ਲਿਆ ਜੀ, ਅੱਛਾ ਖੋਲ ਕੇ ਇਕੱਠਾ ਵੀ ਕਰਤਾ, ਪਰ ਉਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਇਹ ਭੱਜ ਦਾ ਕਿੱਥੋਂ ਕੀਤਾ ਹੋਇਆ, ਹਾਲੇ ਤੱਕ ਏਜੰਸੀ ਨੂੰ ਨਹੀਂ ਪਤਾ। ਦੋ ਵਾਰ ਖੁੱਲ ਗਏ ਜੀ ਗੇਅਰ ਦਾ, ਦੋ ਵਾਰ ਭਾਜੀ ਉਹਨਾਂ ਨੇ ਗੇਅਰ ਖਲਾ ਲਿਆ ਉੱਥੇ ਏਜੰਸੀ 'ਚੋਂ ਜੀ, ਪਰ ਉਹਨਾਂ ਨੂੰ ਹਜੇ ਤੱਕ ਇਹ ਨਹੀਂ ਪਤਾ ਲੱਗਿਆ ਭੱਜ ਦਾ ਹੋਇਆ ਕਿੱਥੋਂ ਹੋਇਆ। ਹੁਣ ਬਿਜਲੀ ਗੱਲ ਇੱਕ ਹੋਰ ਆ, ਪਲਟਾਇਆ ਕਿਹੜਾ ਸੀਗਾ? ਆਹੀ ਪਲਟਾਇਆ ਸੀ, ਆਹੀ ਆਹੀ ਰਾਹ ਤੇ ਪਲਟਿਆ ਸੀਗਾ ਜੀ। ਬਾਈ ਮੈਨੂੰ ਕਹਿੰਦਾ ਯਾਰ ਯਾਦਗਾਰੀ ਰੋਡ ਆ ਇਹ, ਜਗ੍ਹਾ ਬਣਾਤੀ ਆ ਇਹ, ਅੱਛਾ ਇਹ ਜਗ੍ਹਾ ਬਣਾਤੀ, ਇਹ ਬਾਈ ਪਲਟਾ ਕੇ ਮਿਲਿਆ ਫਿਰ ਇਹਨੂੰ ਯਾਰ, ਪਤਾ ਹੀ ਨਹੀਂ ਲੱਗਾ ਇੰਟਰਲੋਕ ਤੇ ਸਲਿਪ ਕਰ ਗਿਆ ਭਾਜੀ, ਲੱਗਾ ਇਸ ਗੇਟ ਚੋਂ ਹਵੇਲੀ ਆਪਣੀ ਟਿੱਲਰ ਪਾਉਣ ਆਏ ਸੀਗੇ ਆਪਾਂ, ਅੱਛਾ ਤੇ ਬਸ ਇੰਟਰਲੋਕ ਤੇ ਸਾਨੂੰ ਜੱਜਮੈਂਟ ਨਹੀਂ ਸੀ ਕਿ ਇੱਥੇ ਸਲਿਪ ਹੋ ਜਾਣਾ, ਆਹਾ ਤੇਜ ਕਰ ਲਿਆ ਰੋਡ ਦੇ ਹਿਸਾਬ ਨਾਲ ਵੀ ਜਿੱਦਾਂ ਰੋਡ ਤੇ ਬਜਰੀ ਤੇ ਟਰੈਕਟਰ ਛੇਤੀ ਗ੍ਰਿਪ ਕਰਦਾ, ਇੰਟਰਲੋਕ ਤੋਂ ਟਰੈਕਟਰ ਤਿਲਕ ਗਿਆ, ਤਿਲਕ ਗਿਆ ਫਿਰ ਪਲਟ ਗਿਆ ਇਹ ਨਾ। ਅੱਛਾ ਇਹ ਪਲਟਣ ਤੋਂ ਬਾਅਦ ਫਿਰ ਬਾਈ ਇਹ ਤਾਂ ਖੁੱਲਿਆ ਕੀ ਕੀ ਟਰੈਕਟਰ ਦਾ? ਭਾਜੀ ਕੁਛ ਨਹੀਂ ਭਾਜੀ, ਸ਼ੋ ਹੀ ਚੇਂਜ ਕੀਤੀ ਆ। ਅੱਛਾ ਬਾਕੀ ਦਾ ਸਾਰਾ ਕੋਈ ਉਦਾਂ ਬਚ ਗਿਆ ਸੀਗਾ। ਵੈਸੇ ਬਈ 140 ਤੇ ਜਾਂਦਾ, ਪਰ ਜਾਂਦਾ ਕਾ ਤੂੰ ਆਪਾਂ ਜੇ ਵੈਸੇ ਦੱਸਣਾ ਹੋਵੇ ਬਾਈ ਜੀ ਆਹ ਚੀਜ਼ ਨੂੰ ਹੱਥ ਲਾਤਾ ਟਰੈਕਟਰ ਨੂੰ ਤੁਸੀਂ ਭੱਜ ਦਾ ਕਰ ਲਿਆ, ਹਾਂਜੀ ਹੁਣ ਇਹ ਕੰਮ ਦਾ ਰਿਹਾ ਹੀ ਨੀ ਖੇਤੀ ਦੇ, ਚਲਾ ਕੇ ਦੇਖ ਲੋ ਨਾਲੇ ਟਿਲਰ ਪਾਏ ਨੇ ਜੀ, ਉਹ ਲੋਚ ਨਹੀਂ ਚੱਲੂਗਾ, ਹਾਈ ਚ ਚੱਲੂ ਪਹਿਲੇ ਹਾਈ ਤੇ ਦੂਏ ਹਾਈ ਚ ਜਿਹੜੇ ਤੁਰਨ ਵਾਲੇ ਗੇਅਰ ਨੇ, ਪਹਿਲਾ ਹਾਈ ਤੇ ਦੂਏ ਚੱਲੂਗਾ ਹਾਈ ਚ ਜੀ। ਤੇ ਤੇਲ ਦਾ ਫਰਕ ਕਿੰਨਾ ਕਾ ਫਿਰ? ਨਹੀਂ ਖਾਂ ਵੱਧ ਖਾਂਦਾ ਜੀ, ਕੋਈ ਫਰਕ ਨਹੀਂ, ਜੋ ਆਮ ਜ਼ਿਮੀਦਾਰ ਦਾ ਟਰਾਮ ਖੇਤੀ ਵਾਲਾ ਕਹੂ ਉਹੀ ਤੇਲ ਖਾਊਗਾ, ਵੱਧ ਨਹੀਂ ਖਾਂਦਾ ਜੀ। ਯਾਰ ਇਹ ਬਿਠਾਓ ਤੇ ਫਿਰ ਕੋਈ ਚਲਾ ਕੇ ਦਿਖਾ ਦੇ, ਆ ਜੀ ਬੈਠੋ ਤੇ ਲੋਕੀ ਪਤਾ ਕੀ ਕਹਿੰਦੇ ਨੇ ਯਾਰ ਤੁਸੀਂ ਤਾਂ ਸਟਾਰਟ ਕਰਕੇ ਵੀ ਨਹੀਂ ਦਿਖਾਇਆ, ਇੱਕ ਵਾਰੀ ਵੀਡੀਓ ਕਹਿ ਦਿੰਦੇ ਨੇ ਕਮੈਂਟ ਕਰਕੇ, ਅਬ ਦਿਖਾ ਲੈ ਵੀ ਦਿੱਤੀ ਨਾ ਫਰੇਮ ਲੈ ਕੇ ਦਿਖਾ ਦੀ ਹਾਈ ਗੇਅਰ ਤੇ, ਬਾਕੀ ਪਿੱਛੇ 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 ਹੋ ਜਾ ਪਿੱਛੇ ਜਾ ਤੇ ਉੱਤੇ ਬਹਿ ਜਾ, ਕੋਈ ਗੱਲ ਨਹੀਂ ਉੱਤੇ ਬਿਠਾ ਲਓ ਇਹਨੂੰ, ਹਾਂ ਨਾਲ ਚਲਾਓ ਚਲਾਓ ਤੁਸੀਂ ਗੇਅਰ ਪਾ ਕੇ ਦਿਖਾ ਦਿਓ, ਇਹ ਫੋਨ ਕਿਹੜਾ ਲੱਗਿਆ ਹੋਇਆ? ਪਹਿਲਾ ਹਾਈ ਆ ਜੀ, ਪਹਿਲਾ ਹਾਈ ਆ, ਹਾਂ ਕੋਈ ਲੋ ਨਹੀਂ ਹੈਗਾ ਜੀ, ਪਹਿਲਾ ਹਾਈ ਆ ਜੀ, ਜਿਵੇਂ ਆਪਾਂ ਕਹਦੇ ਆ ਕੋਈ ਲੋ ਗੇਅਰ 'ਚ ਆਪਾਂ ਚਲਾਇਆ ਹਾਈ ਸਪੀਡ ਟਰੈਕਟਰ ਕੀਤਾ ਹੋਇਆ ਆਪਾਂ ਪਹਿਲੇ ਲੋ 'ਚ ਚਲਾ ਲੈਂਦੇ ਆ, ਦੂਏ ਲੋ 'ਚ ਨਾ ਪਹਿਲੇ ਹਾਈ 'ਚ ਚੱਲਦਾ, ਹਾਈ 'ਚ ਚੱਲਦਾ, ਪਹਿਲੇ ਹਾਈ 'ਚ ਚੱਲੂਗਾ ਜੀ। ਹੁਣ ਦੂਜਾ ਵੀ ਪਾ ਸਕਦੇ? ਹਾਂ ਦੂਜਾ ਵੀ ਪਾ ਸਕਦੇ ਹਾਂ ਜੀ, ਆਹਾਂ ਹਾਂ ਜਦੋਂ ਭਾਜੀ ਆ ਜਾਣਗੇ ਮੁੜ ਕੇ ਆਪਾਂ ਇਸ਼ਾਰਾ ਕਰ ਲਾਂਗੇ, ਆਪਾਂ ਦੂਆ ਲੋ ਵੀ ਪਾ ਸਕਦੇ ਹਾਂ, ਇਹਦਾ ਕੋਈ ਚੱਕਰ ਨਹੀਂ ਆਪਾਂ। ਤਕਰੀਬਨ ਜੇ ਆਹ ਕੰਮ ਜੇ ਸਾਡੇ ਕੋਲੋਂ ਕਿਸੇ ਬਾਈ ਨੇ ਕਰਾਉਣਾ ਹੈ ਨਾ, ਉਹ ਤਾਂ ਆਪਣੇ ਕੋਲੇ ਆ ਸਕਦਾ, 140 ਵਾਲਾ ਤਾਂ ਨਾ ਸਹੀ, 140 ਭਾਜੀ ਆਮ ਮਾਤੜ ਬੰਦੇ ਨੇ ਵਿਚਾਰੇ ਨੇ ਕਰਾਉਣਾ ਵੀ, ਕਰਾਉਣਾ ਵੀ ਜਿਹਨੇ ਆਮ, ਚਲੋ ਭਾਜੀ ਦੂਜਾ ਪਾਤਾ, ਹਾਂ ਇਹ ਦੂਜਾ ਹਾਈ ਹੋਈ ਆ ਜੀ, ਜਾਨੀ ਕਿ ਦੂਜਾ ਲੋ ਨਹੀਂ ਹੈਗਾ। ਇਹ ਕੰਪਨੀ ਤੋਂ ਟਰੈਕਟਰ ਟਰਬੋ ਆਉਂਦਾ? ਨਹੀਂ ਇਹ ਟਰਬੋ ਕੀਤਾ ਹੋਇਆ ਜੀ, ਆਪਾਂ ਟਰਬੋ ਕੀਤਾ ਹੋਇਆ ਜੀ, ਹਾਂ ਜਿਹੜੀ ਸੀਟੀ ਵੱਜਦੀ ਹੈ, ਹਾਂ ਟਰਬੋ ਆਪਾਂ ਕੀਤਾ ਹੋਇਆ ਜੀ। ਤੇ ਇਸ ਟਰੈਕਟਰ ਤੇ ਖਰਚਾ ਜੇ ਬਾਲੋ ਆਹੀ ਚੀਜ਼ 140 ਤੋਂ ਛੱਡ ਕੇ ਕਿਸੇ ਬਾਈ ਨੇ ਕਰਾਉਣੀ ਆ, ਹੈ ਨਾ, ਖਰਚਾ ਕਿੰਨਾ ਕੁ ਲੱਗਦਾ ਯਾਰ? ਇੰਨਾ ਕੁ ਆ ਸਕਦਾ ਕਿ ਭਾਜੀ ਐ ਨਾ, ਆਪਾਂ ਨੂੰ ਜਿੱਦਾਂ ਦਾ ਕਸਟਮਰ ਕਹੂਗਾ, ਚਲੋ ਆਪਾਂ ਨੂੰ ਜੀ ਇਹ 100 ਦੀ ਸਪੀਡ ਚਾਹੀਦੀ ਹੈ, 120 ਦੀ ਸਪੀਡ ਚਾਹੀਦੀ ਆ, ਬਾਕੀ ਜਿਹੜੇ ਦੂਸਰੇ ਲੋ ਵਾਲੇ ਤੋਰੇ ਕਿੰਨੇ ਕੁ ਚਾਹੀਦੇ ਨੇ, ਆਪਾਂ ਨੂੰ ਸੁਪਰ ਸੀਡਰ ਵਾਲਾ ਤੋਰਾ ਚਾਹੀਦਾ ਜਾਂ ਆਪਾਂ ਨੂੰ ਰੋਟਾਵੀਟਰ ਵਾਲਾ ਤੋਰਾ ਚਾਹੀਦਾ, ਆਪਾਂ ਨੂੰ ਲੋ ਹਾਈ ਮੀਡੀਅਮ ਜੇ, ਹਾਂ ਹਾਂ ਉਹ ਆਪਸ਼ਨਾਂ ਨੇ, ਜਿਵੇਂ ਹੁਣ ਕੱਲ ਨੂੰ ਆਪਾਂ ਨੂੰ ਬੰਦਾ ਕਹੇ ਜੀ ਮੈਂ ਹਾਈ ਸਪੀਡ ਹੀ ਕਰਾਉਣਾ ਜੀ, ਠੀਕ ਆ, ਹਾਈ ਸਪੀਡ ਖਾਤਰ ਆਪਾਂ ਨੂੰ ਹੋਰ ਤੋਰਾ ਹੈਗਾ ਜੀ ਆਪਣੇ ਕੋਲੇ, ਹਾਂ ਠੀਕ ਆ, ਫਿਰ ਤਾਂ ਆਪਾਂ ਕੱਲਾ ਹਾਈ ਸਪੀਡ ਕਰਕੇ ਅਗਲੇ ਨੂੰ ਦੇ ਦਾਂਗੇ ਜੀ, ਜਦੋਂ ਕੱਲ ਨੂੰ ਫਿਰ ਉਹਦਾ ਖਰਚਾ ਹੋਰ ਆ ਜੀ, ਏ ਬੀ ਸੀ ਡੀ ਵਾਲਾ, ਹਾਂ ਏ ਬੀ, ਉਹ ਫਿਰ ਆਪਸ਼ਨਾਂ ਨੇ ਜੀ ਗਾਹਾਂ ਦੀਆਂ, ਜਿੱਦਾਂ ਦਾ ਫਿਰ ਆਪਾਂ ਕਹਿ ਦਈਏ ਨਾ ਮਿੱਠਾ ਪਾਉਣਾ ਉਹੋ ਜਿਹੀ ਸਵਾਦ ਆਉਣਾ ਜੀ, ਠੀਕ ਹੈ ਜੀ, ਉਹ ਕੰਮ ਜਿੰਨੇ ਕੁ ਫਿਰ ਤਾਂ ਆਪਾਂ ਨੂੰ ਲੱਗੂਗਾ, ਆਪਾਂ ਮੰਨ ਲਓ ਅਗਲੇ ਨੇ ਹਾਈ ਲੋ ਕਰਾਉਣਾ, ਹਾਈ ਲੋ 'ਚ ਇਕੱਲਾ ਭੱਜ ਦਾ ਕਰਾਉਣਾ, ਉਹਦਾ ਭਾਜੀ ਖਰਚਾ ਹੋਰ ਆ, ਉਹ ਤੋਂ ਬਾਅਦ ਜੇ ਆਪਾਂ ਕਹਿ ਦਈਏ ਇਹਦੇ ਨਾਲ ਲੋ ਗੇਅਰ ਲਵਾ ਦਿਓ ਜੀ, ਇਹ ਆਪਣਾ ਰੋਟਾਵੀਟਰ ਚਲਾਉਂਦਾ ਹੋ ਜੇ ਉਹਦਾ ਖਰਚਾ ਹੋਰ ਆ ਜੀ, ਬੂਟੇ ਇਹਨਾਂ ਨੂੰ ਵੱਧ ਦੀ
ਜੇ ਆਪਾਂ ਇਹ ਸਾਰੇ ਕੰਮ ਕਰਨੇ ਹੋਣ ਹਨਾ ਐਂ ਲੱਗਦਾ ਯਾਰ ਸਾਰਾ ਦੂਸਰਾ ਟਰੈਕਟਰ ਹਾ ਕੇ ਇੱਥੇ ਜੋ ਮਰਜ਼ੀ ਕਰ ਲਓ ਫਿਰ ਕਿਹੜਾ ਟਰੈਕਟਰ ਲੱਗਦਾ ਕੀ ਯਾਰ ਨਹੀਂ ਭਾਜੀ ਹੁਣ ਆਪਣਾ ਚਲੋ ਆਪਾਂ ਅਰਜਨ ਵੀ ਤਿਆਰ ਕੀਤਾ ਹੋਇਆ ਜੀ ਇਦਾਂ ਦੀ ਕੈਟਾਗਰੀ ਚ ਉਹਦੀ ਵੀ ਤੁਹਾਨੂੰ ਮੈਂ ਵੀਡੀਓ ਕਦੇ ਆਪਾਂ ਮੌਕਾ ਮਿਲਿਆ ਉਹਦੀ ਵੀ ਬਣਵਾਵਾਂਗੇ ਰੋਪੜ ਸਾਈਡ ਕੀਤਾ ਹੋਇਆ ਜੀ ਮੁੰਡਿਆਂ ਦਾ ਉਹ ਵੀ ਇਹੀ ਕੰਮ ਕਰਦਾ ਜੀ ਹਾਂਜੀ ਹਾਈ ਲੋ ਮੀਡੀਅਮ ਜੀ ਹਾਈ ਸਪੀਡ ਜੀ ਆਹਾ ਹਾਂਜੀ ਉਦੋਂ ਬਾਅਦ ਫਾਰਮ ਟਰੈਕ ਆਪਣਾ ਕੀਤਾ ਹੋਇਆ ਫਾਰਮ ਟਰੈਕ 60 ਜੀ 20 ਆ ਵੀ ਮਾਡਲ ਫਾਰ ਹਾਂ ਉਹ ਵੀ ਤਿਆਰ ਕੀਤਾ ਹੋਇਆ ਜੀ ਉਦੋਂ ਬਾਅਦ ਚ ਅਰਜਨ ਨੋਵੋ ਆਪਣਾ ਜੀ ਦਿੱਤਾ ਹੋਇਆ ਸੀਗਾ ਜਗਰਾਉਂ ਏਰੀਏ ਚ ਜੀ ਕਲੇਰਾਂ ਪਿੰਡ ਆ ਜੀ ਅਰਜਨ ਨੋਵੋ ਸਟਲ ਗੇਅਰ ਚ ਜਿਹਦੇ ਮੰਨ ਲਓ ਪੰਜ ਸਪੀਡਾਂ ਨੇ ਅਰਜਨ ਨੋਵੋ ਨੂੰ ਮੂਹਰ ਨੂੰ ਜੀ ਹਾਈ ਲੋ ਮੀਡੀਅਮ ਹੋ ਗਿਆ ਉਹ ਸਟਲ ਗੇਅਰ ਚ ਆ ਜੀ ਠੀਕ ਆ ਜੀ ਜਿਵੇਂ ਲਾ ਲਓ 15 ਮੂਹਰ ਨੂੰ 15 ਫਾਰਵਰਡ ਨੇ ਹਾਂ ਹਾਂ ਉਹ ਉਹਦੇ ਉਹ ਆਪਣਾ ਵੀ ਕਰਕੇ ਦਿੱਤਾ ਹੋਇਆ ਉਹ ਵੀ ਖੇਤੀ ਕਰਦੇ ਨੇ ਪਰ ਉਹ ਸੱਚ ਬਾਈ ਕਿਵੇਂ ਕਰਦੇ ਹੋ ਆਪਣੇ ਬਾਈ ਹੁਣੀ ਸਾਈਡ ਤੇ ਹੋ ਗਏ ਕਿ ਉਹ ਜਿਹੜਾ ਚੱਲਦਾ ਆ ਫਿਰ ਟਾਇਰ ਐ ਘਮਾਉਂਦੇ ਹੋ ਪਿਛਾ ਭਾਜੀ ਉਹ ਤਾਂ ਚਲੋ ਨਾਰਮਲ ਗੱਲ ਆ ਉਹ ਤਾਂ ਤੁਸੀਂ ਆਮ ਟਰੈਕਟਰ ਜਿਹੜਾ ਮਰਜ਼ੀ ਲਵੋਗੇ ਚਲਾ ਯਾਰ ਕਿਸੇ ਕੋਲੋਂ ਤਾਂ ਨਾਰਮਲ ਉਹ ਹੁੰਦਾ ਨਹੀਂ ਉਹ ਤੁਸੀਂ ਛੜਕ ਦੇ ਉੱਤੇ ਚੱਲਦੇ ਨੇ ਟਾਇਰ ਘਮਾ ਦਿੰਦੇ ਜਦੋਂ ਹੋ ਜਾਂਦਾ ਭਾਜੀ ਸਾਰੇ ਹੋ ਜਾਂਦੇ ਆ ਸਾਰੇ ਹੋ ਜਾਂਦੇ ਆ ਪਤਾ ਕੀ ਜਦੋਂ ਕੁਛ ਆਪਦੇ ਤੇ ਡਿਪੈਂਡ ਕਰਦਾ ਜਦੋਂ ਆਮ ਆਪਾਂ ਨਾਰਮਲ ਜ਼ਿਮੀਦਾਰਾਂ ਜਦੋਂ ਮਾੜੀ ਆਵਾਜ਼ ਕਰਦਾ ਅਗਲਾ ਕਹਿੰਦਾ ਨਾ ਯਾਰ ਜਦੋਂ ਤੋਂ ਆਮ ਨੇ ਹੁਣ ਇਹਨੇ ਚਲਾਉਣਾ ਥੋੜਾ ਬੇਕਿਰਕ ਜਿਹਾ ਹੋ ਕੇ ਮਾਰਨਾ ਮਗਰ ਨੂੰ ਕਿਹਨੇ ਮਗਰ ਨੂੰ ਯਾਰ ਬਾਈ ਤਾਂ ਪਰਵਾਹ ਹੀ ਨਹੀਂ ਕਰਦੇ ਕਹਿੰਦੇ ਤੁਰੇ ਜਾਂਦੇ ਟਾਇਰ ਪਛਾਣ ਨੂੰ ਘੁਮਾ ਦਿੰਦੇ ਨੇ ਜੇ ਬਾਈ ਪਰਵਾਹ ਨਹੀਂ ਕਰਦਾ ਤਾਂ ਹੀ ਤਾਂ ਦੋ ਵਾਰ ਆਪਰੇਸ਼ਨ ਕਰਾ ਹਟਿਆ ਤੀਜੀ ਵਾਰ ਉਹਦੇ ਹੋਣਾ ਹਜੇ ਕਹਿੰਦੇ ਹੋ ਹਾਂ ਅੱਛਾ ਆ ਪੁੱਛੋ ਆ ਦਿਓ ਡਾਕਟਰ ਅਸਨੂੰ ਨਕਸ਼ਾ ਨਹੀਂ ਦਾ ਹੱਥ ਆ ਦੇ ਲਓ ਹਾਂ ਕਿ ਆ ਜੋੜ ਥੋੜਾ ਜਿਹਾ ਅੱਡ ਦੀਦਾ ਹਾਂ ਹਾਂ ਜੇ ਪਰਵਾਹ ਨਹੀਂ ਕਰਦੇ ਤਾਂ ਹੀ ਤਾਂ ਕੁਛ ਹੁੰਦਾ ਜੇ ਪਰਵਾਹ ਕਰੇ ਫਿਰ ਆ ਕੁਛ ਆਪਰੇਸ਼ਨ ਦਾ ਨਾ ਸਾਲੇ 6 ਮਹੀਨੇ ਤਿੰਨ ਤਿੰਨ ਹੋਣਾ ਤਿੰਨ ਤਿੰਨ ਆਪਰੇਸ਼ਨ ਹੋਣ ਇਹਨਾਂ ਦੇ ਪਰਵਾਹ ਇਦਾਂ ਨਾ ਭਾਜੀ ਸਾਫ ਹੀ ਬਹੁਤ ਆ ਹਾਂ ਤਾਂ ਕਰਕੇ ਪਰਵਾਹ ਕਰਨੇ ਬੈਂਕਾਂ ਤਾਂ ਮਗਰ ਖੜੀਆਂ ਨਹੀਂ ਬੈਂਕਾਂ ਉਦਾਂ ਵੀ ਭਾਜੀ ਉਦਾਂ ਵੀ ਬਹੁਤ ਸਾਰੇ ਅਹਿਮ ਸਤਿਕਾਰ ਕਰਦੇ ਹੂੰ ਤੇ ਹੁਣ ਐ ਗੱਲ ਬਾਤ ਆ ਬਈ ਵੀਡੀਓ ਮਕਾਉਣ ਤੋਂ ਪਹਿਲਾਂ ਜੇ ਕਿਸੇ ਨੇ ਆਪਣੇ ਚੰਨੀ ਬਾਈ ਕੋਲੇ ਆਉਣਾ ਆ ਆਉਣ ਕਿੱਥੇ ਸਿੱਧਾ ਕਿਉਂਕਿ ਹੁਣ ਮਾਝਾ ਮਾਲਵਾ ਦੁਆਬਾ ਪੌਦ ਸਾਰੇ ਦੇਖਦੇ ਨੇ ਜੇ ਕਿਸੇ ਆਪਣਾ ਭਾਜੀ ਦੇ ਪਿੰਡ ਨੂੰ ਭਾਜੀ ਆਪਣਾ ਲੁਧਿਆਣਾ ਜ਼ਿਲ੍ਹਾ ਜੀ ਹੂੰ ਪੈਲ ਤਹਿਸੀਲ ਆਪਣੀ ਹੂੰ ਇਹ ਰਾੜਾ ਸਾਹਿਬ ਗੁਰਦੁਆਰਾ ਸਾਹਿਬ ਸਭ ਨੇ ਤਕਰੀਬਨ ਸੁਣਿਆ ਹੋਇਆ ਉਹਦੇ ਲਾਗੇ ਆਪਣਾ ਪਿੰਡ ਗੋਸਲ ਪਿੰਡ ਆ ਜੀ ਠੀਕ ਆ ਜੀ ਉੱਥੇ ਆਪਣੇ ਪਿੰਡ ਆ ਉੱਥੇ ਆਪਣੇ ਡੇਰੇ ਨੇ ਜੀ ਠੀਕ ਆ ਜੀ ਉੱਥੇ ਆਪਾਂ ਘਰੇ ਕੰਮ ਕਰਦੇ ਆ ਜੀ ਬਸ ਉੱਥੇ ਘਰੇ ਵਰਕਸ਼ਾਪ ਲਓ ਜੀ ਹੁਣ ਜੇ ਕਿਸੇ ਨੇ ਬਾਈ ਦੇ ਘਰੇ ਆਉਣਾ ਤੇ ਬਾਈ ਫੋਨ ਵੀ ਕਰੋ ਨੰਬਰ ਕਿੱਥੇ ਦੇਣਾ ਜੱਟਾ ਇੱਥੇ ਦਿੱਤਾ ਹੋਣਾ ਨੰਬਰ ਬਾਈ ਤੁਸੀਂ ਫੋਨ ਕਰ ਸਕਦੇ ਆ ਤਾਂ ਕਿਆ ਕਰਦੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਬਾਈ ਦੇਖੋ ਕਮੈਂਟ ਵੀ ਸਭ ਤੋਂ ਵੱਧ ਇਹਨਾਂ ਵੀਡੀਓ ਥੱਲੇ ਆਉਂਦੇ ਨੇ ਦੇਖਦੇ ਵੀ ਸਭ ਤੋਂ ਵੱਧ ਲੋਕ ਇਹਨੂੰ ਨੇ ਤੇ ਕਮੈਂਟਾਂ ਦਾ ਬਾਈ ਕੋਈ ਗੁੱਸਾ ਨਾ ਕਰਿਓ ਜੇ ਕਮੈਂਟ ਕਮੁੰਟ ਹੋਣ ਪੁੱਠੇ ਸਿੱਧੇ ਬਾਈ ਨੇ ਮੇਰੇ ਨਾਲ ਪਹਿਲੀ ਗੱਲ ਕਰ ਲਈ ਮੈਂ ਤਾਂ ਦੇਖੋ ਭਾਜੀ ਕਰਕੇ ਹੁਣ ਕਰਾਤੀ ਜਿਹੜਾ ਆਪਾਂ ਤੁਸੀਂ ਸਾਨੂੰ ਕਹਿੰਦੇ ਸੀ ਟਰੈਕਟਰ ਦੀ ਵੀਡੀਓ ਕਰਾਉਣੀ ਕਮੈਂਟ ਪੜ ਕੇ ਨਹੀਂ ਵੀਡੀਓ ਕਰਾਉਣ ਨੂੰ ਹਿੰਮਤ ਪਈ ਭਾਜੀ ਪਤਾ ਕੀ ਆ ਬਾਕੀ ਇੰਨਾ ਸਮਾਂ ਹੈ ਨਹੀਂ ਭਾਜੀ ਕਮੈਂਟ ਪੜਦੇ ਫਿਰ ਇਹ ਲੋਕ ਹੁਣ ਤੁਹਾਨੂੰ ਮੈਂ ਦੱਸ ਦਈ ਅਸੀਂ ਆ ਟਰੈਕਟਰ ਆਪਦੇ ਖਾਤਰ ਕੀਤਾ ਹੋਇਆ ਬਿਲਕੁਲ ਕਿਸੇ ਹੋਰ ਖਾਤਰ ਠੀਕ ਹੈ ਜੀ ਕਮੈਂਟ ਕਰਨ ਵਾਲਾ ਜਿਹੜਾ ਕਮੈਂਟ ਗੰਦਾ ਕਰੂਗਾ ਉਹਦੇ ਕੋਲ ਟਰੈਕਟਰ ਨਹੀਂ ਹੋਣਾ ਜੀ ਪਹਿਲਾਂ ਹਾਂ ਬਿਲਕੁਲ ਬਾਈ ਠੀਕ ਹੈ ਜੀ ਜੇ ਟਰੈਕਟਰ ਹੋਊਗਾ ਤਾਂ ਹੋ ਸਕਦਾ ਇਹਨਾਂ ਜਿਗਰਾ ਨਾ ਹੋਵੇ ਬਸ ਉਹ ਲੈਦਾ ਗੱਲ ਆ ਜੀ ਹੁਣ ਪਰ ਹੁਣ ਮੈਂ ਹੋਇਆ ਸ਼ੌਂਕ ਪੂਰਦੇ ਆ ਜੀ ਹਾਂ ਠੀਕ ਹੈ ਜੀ ਮੈਂ ਸ਼ੌਂਕ ਪੂਰਦਾ ਮੈਂ ਕੋਈ ਚਿੱਟਾ ਨਹੀਂ ਪੀਂਦਾ ਜੀ ਬਿਲਕੁਲ ਕੋਈ ਭੁੱਕੀ ਨਹੀਂ ਖਾਂਦਾ ਕੋਈ ਮੈਂ ਫੀਮ ਨਹੀਂ ਖਾਂਦਾ ਜੀ ਠੀਕ ਹੈ ਜੀ ਕੋਈ ਇਹੋ ਜਿਹਾ ਕੋਈ ਮਾੜਾ ਨਸ਼ਾ ਨਹੀਂ ਕਰਦਾ ਜੀ ਬਿਲਕੁਲ ਬਾਈ ਸ਼ੌਂਕ ਪੂਰਦੇ ਆ ਟਰੈਕਟਰਾਂ ਨਾਲ ਸ਼ੌਂਕ ਪੂਰ ਲਾਂਗੇ ਇਹ ਜੇ ਕਰ ਕੀ ਲਿਆ ਜੀ ਹਾਂ ਠੀਕ ਆ ਸਾਨੂੰ ਤਾਂ ਤੁਸੀਂ ਗਾਲਾਂ ਕੱਢ ਲੀਆਂ ਠੀਕ ਆ ਪਰ ਉਹਨਾਂ ਨੇ ਸਾਡੀ ਦੇਖੀ ਵੀਡੀਓ ਯਾਰ ਇਹ ਗਲਤ ਕੰਮ ਆ ਜਾਂ ਕਿੰਨੀ ਇੰਨੀ ਸਪੀਡ ਆ ਜਾਂ ਨਹੀਂ ਹੈਗੀ ਹੈ ਨਾ ਚਲ ਗਾਲਾਂ ਕੱਢ ਲੈਣਗੇ ਪਰ ਉਹ ਸ਼ੌਂਕ ਆ ਯਾਰ ਆਪਦਾ ਮਨ ਇਧਰਲੇ ਪਾਸੇ ਲਾ ਲਿਆ ਵਧੀਆ ਗੱਲ ਹੀ ਆ ਦੂਰ ਗਲਤ ਵਾਲੇ ਪਾਸੇ ਤਾਂ ਹੀ ਲਾ ਲਿਆ ਬਿਲਕੁਲ ਨਸ਼ਿਆਂ ਤੋਂ ਬਚੇ ਹੋ ਨਸ਼ਿਆਂ ਤੋਂ ਤਾਂ ਅਸੀਂ ਬਚੇ ਹੋਏ ਆ ਜੀ ਬਿਲਕੁਲ ਚਲ ਇਧਰਲੇ ਪਾਸੇ ਨੂੰ ਲਾ ਲਿਆ ਕੋਈ ਗਲਤ ਤੁਸੀਂ ਦੱਸ ਦਿਓ ਜੇ ਅਸੀਂ ਗਲਤ ਪਾਸੇ ਨੂੰ ਤੁਰੇ ਹੋਏ ਆ ਤਾਂ ਦੱਸ ਦਿਓ ਆਪਾਂ ਇਹ ਪਾਸਾ ਛੱਡ ਕੇ ਦੂਜੇ ਪਾਸੇ ਤੁਰ ਪਏ ਚਲੋ ਫਾਇਦਾ ਨੁਕਸਾਨ ਆ ਬਾਈ ਉਹ ਸਾਡਾ ਆ ਉਹ ਤਾਂ ਉਹ ਹੁਣ ਸਾਡਾ ਬੰਦੇ ਦੀ ਸੱਟ ਲੱਗੀ ਠੀਕ ਆ ਜੀ ਇਹਦੀ ਆਪਰੇਸ਼ਨ ਹੋਈਆਂ ਸਾਨੂੰ ਤਾਂ ਕਿਸੇ ਦਾ ਕੋਈ ਮਤਲਬ ਨਹੀਂ ਅਸੀਂ ਕਿਹੜਾ ਜਾਂ ਕਮੈਂਟ ਵਾਲਿਆਂ ਨੂੰ ਐ ਪੁੱਛ ਲਿਆ ਯਾਰ ਹੁਣ ਸਾਡੀ ਮਦਦ ਕਰ ਦਿਓ ਸਾਡੇ ਬੰਦੇ ਬਾਹਰ ਹਾਂ ਬਿਲਕੁਲ ਬਿਲਕੁਲ ਭਾਜੀ ਜੋ ਜਾਇਜ਼ ਗੱਲ ਆ ਨਹੀਂ ਮਦਦ ਤਾਂ ਭਾਜੀ ਇਦਾਂ ਆ ਸਾਡਾ ਫਰੈਂਡ ਆ ਭਾਜੀ ਤੋਂ ਬਿੰਦਰ ਅਮਰੀਕਾ ਰਹਿੰਦੇ ਆ ਉਹ ਜੰਡੇ ਤੋਂ ਤੇ ਮੈਂ ਕਿਹਾ 6 ਹਜ਼ਾਰਪੁਰ ਲੈ ਗਿਆ ਮੈਨੂੰ ਮੈਂ ਕਿਹਾ ਜਲੰਧਰ ਲੈ ਚਲੋ ਉੱਥੇ 2 ਰੁਪਏ ਬਚ ਜਾਣਗੇ ਉਹ ਕਹਿੰਦਾ ਸਾਰੇ ਪੈਸੇ ਮੈਂ ਦੇਣੇ ਆ ਪਰ ਜਲੰਧਰ ਨਹੀਂ ਆ ਕਿ ਭਾਈ ਭਰਾਵਾਂ ਦਾ ਸਾਥ ਆ ਇਹ ਹਨਾ ਤੇ ਬਾਕੀ ਚਲੋ ਮਿੱਤਰੋ ਆਸ ਕਰਦੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਅਗਲੀ ਵੀਡੀਓ ਵੀ ਆਪਾਂ ਛੇਤੀ ਲੈ ਕੇ ਆਵਾਂਗੇ ਕਮੈਂਟਾਂ ਦੀ ਪਰਵਾਹ ਨਾ ਕਰਿਆ ਕਰੋ ਹੈ ਨਹੀਂ ਆਪਾਂ ਨੂੰ ਹੈ ਹੀ ਨਹੀਂ ਭਾਈ ਕਮੈਂਟ ਤੁਹਾਡਾ ਤੇ ਬਾਈ ਤੁਹਾਡਾ ਹੈ ਸਮਾਂ ਦੇ ਲਈ ਧੰਨਵਾਦ ਜੀ ਲਓ ਜੀ ਲਾ ਦੇ ਜੱਟਾ ਕੱਟ